ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਜਸਕਾਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲੇ ਹੀ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਮੌਜੂਦ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ, ਜਿੱਥੇ ਕਿ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਮਿਲਦਾ ਜੀ। ਇਸ ਵੇਲੇ ਦੀ ਜਿਹੜੀ ਵਿਸ਼ੇਸ਼ ਔਫਰ ਆ ਕਿ ਤੁਸੀਂ ਕੋਈ ਵੀ ਵੱਧਵੀਂ ਰਕਮ ਜਿਹੜੀ ਆ 11 ਮਹੀਨੇ ਤੱਕ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ ਉਨੀ ਹੀ ਰਕਮ ਕੋਲੋਂ ਦੇਣਗੇ, ਪਾਉਣਗੇ ਵਿੱਚ, ਅਤੇ ਤੁਹਾਨੂੰ ਕੋਈ ਗਹਿਣਾ ਜਿਹੜਾ ਹੈ ਜੀ ਉਹ ਬਣਾ ਕੇ ਦੇਣਗੇ। ਇਹਨਾਂ ਦਾ ਸ਼ੋਰੂਮ ਦੇਖਣ ਲਈ ਪਹੁੰਚੋ ਯੂਨਿਟ 332 8128128 ਸਟਰੀਟ ਸਰੀ, ਅਤੇ ਜੇ ਵਟਸਐਪ 'ਤੇ ਵੀਡੀਓ ਕਾਲ ਕਰਕੇ ਮਹਿੰਦਰਾ ਜੂਲਰ ਦੇ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਸੇਵ ਕਰ ਲਓ 604-916-1010। ਇਸ ਦੇ ਨਾਲ ਹੀ ਸਾਡੇ ਦੂਜੇ ਸਪੋਂਸਰ ਨੇ ਫਾਈਬਰ ਟੈਕ ਪਲੰਬਿੰਗ ਦੀ ਦੁਨੀਆ 'ਚ ਵੱਡਾ ਨਾਂ ਸਰੀ, ਵੈਨਕੂਵਰ, ਕੋਕੁਇਟਲਮ ਤਿੰਨ ਤਾਹਾਂ ਤੋਂ ਸੇਵਾਵਾਂ ਦੇ ਰਹੇ ਆ, ਪਰ ਸਮਾਨ ਇਹ ਪੂਰੇ BC ਵਿੱਚ ਡਿਲੀਵਰ ਕਰਦੇ ਆ। ਨਵਾਂ ਘਰ ਬਣਾਉਣਾ, ਟਾਊਨ ਹਾਊਸ ਜਾਂ ਕੌਂਡੋ ਪ੍ਰੋਜੈਕਟ ਸ਼ੁਰੂ ਕਰਨਾ, ਅਤੇ ਜਾਂ ਫਿਰ ਵੈਸੇ ਰੈਨੋਵੇਸ਼ਨ ਲਈ ਪਲੰਬਿੰਗ ਦਾ ਸਮਾਨ ਚਾਹੀਦਾ, ਤਾਂ ਅੱਜ ਹੀ ਪਹੁੰਚੋ ਫਾਈਬਰ ਟੈਕ 'ਤੇ, ਜਿੱਥੇ ਟੂਟੀਆਂ, ਟੱਬ, ਟੋਇਲਟਸ, ਹੋਰ ਸਮਾਨ ਪਲੰਬਿੰਗ ਦਾ ਬਹੁਤ ਹੀ ਵਾਜਬ ਕੀਮਤਾਂ 'ਤੇ ਅਤੇ ਨਵੇਂ ਤੋਂ ਨਵੇਂ ਡਿਜ਼ਾਈਨਾਂ 'ਚ ਮਿਲਦਾ। ਇਹ ਆਪਣੇ ਟੱਬ ਆਪਣੀ ਫੈਕਟਰੀ 'ਚ ਖੁਦ ਤਿਆਰ ਕਰਦੇ ਆ। 8247-130 ਸਟਰੀਟ ਦਾ ਐਡਰੈਸ ਆ, ਅਤੇ ਫੋਨ ਹੈ 604-507-2199 ਫਾਈਬਰ ਟੈਕ। ਗੁਰਪ੍ਰੀਤ ਜੀ, ਜਾਨ ਮੁੱਠ 'ਚ ਆਈ ਪਈ ਆ ਬਹੁਤ ਸਾਰੇ ਲੋਕਾਂ ਦੀ, ਕਰੋਨਾ ਬਾਰੇ ਦੱਸੋ ਜੀ ਕੀ ਹਾਲਤ ਆ ਔਰ ਕੋਈ ਸੁੱਖ ਦੀ ਖਬਰ ਹੈਗੀ ਹੈ? ਇਸ ਤਰ੍ਹਾਂ ਆ ਜੀ, ਬਈ ਖਬਰਾਂ ਰਲਵੀਆਂ ਮਿਲਵੀਆਂ ਜਿਹੀਆਂ ਆ ਰਹੀਆਂ ਆ। ਇੱਕ ਪਾਸੇ ਜਿਹੜੀ ਆ ਦਵਾਈ ਦੀ ਜਿਹੜੀ ਆ ਹੱਲਾਸ਼ੇਰੀ ਆ ਰਹੀ ਆ, ਵੀ ਟੀਕੇ ਚੱਲਦੀ ਆ ਜਾਣੇ ਆ, ਅਤੇ ਦੂਜੇ ਪਾਸੇ ਜੇ ਆਪਾਂ ਕੇਸਿਸ ਦੀ ਗੱਲ ਕਰੀਏ, ਕੇਸਿਸ ਜਿਹੜੇ ਆ ਜੀ ਉਹ ਟੁੱਟੇ ਛਿੱਤਰਾਂ ਨੂੰ ਵੱਧਦੇ ਜਾ ਰਹੇ ਆ, ਅਤੇ ਜਿਹਦੇ ਵਿੱਚ ਆਪਾਂ ਨੂੰ ਪਤਾ ਕਿ ਵਧਾਉਣ ਦੇ ਵਿੱਚ ਲੋਕਾਂ ਦਾ ਹੀ ਕਸੂਰ ਹੈਗਾ, ਕਿਉਂਕਿ ਇਹ ਜਿਹੜਾ ਵਾਇਰਸ ਆ ਇਹ ਉੱਡ ਕੇ ਤਾਂ ਕਿਤੇ ਜਾਂਦਾ ਨਹੀਂ, ਇੱਕ ਦੂਏ ਦੀ ਸ਼ੋਅ ਦੇ ਨਾਲ ਜਿਹੜਾ ਇਹ ਜਾਂਦਾ ਆ, ਅਤੇ ਕੇਸ ਪੂਰੇ ਕੈਨੇਡਾ ਦੇ ਵਿੱਚ ਵੱਧਦੇ ਜਾ ਰਹੇ ਆ। ਵੀਕਐਂਡ ਦੇ ਉੱਤੇ ਜਿਹੜੇ ਕੇਸਿਸ ਹੁਣ BC ਦੇ ਵਿੱਚ ਨਿਕਲੇ ਆ, ਉਹ ਤਿੰਨਾਂ ਦਿਨਾਂ ਦੇ ਕੇਸ 1959 ਜਿਹੜੇ ਜੀ ਉਹ ਹੋਏ ਆ, ਵੀ ਇੱਕ ਘੱਟ 1960, ਅਤੇ ਉਹਨਾਂ ਵਿੱਚੋਂ 1361 ਕੇਸ ਜਿਹੜੇ ਆ ਜੀ ਉਹ ਕੇਵਲ ਫਰੇਜ਼ਰ ਹੈਲਥ ਏਰੀਏ ਦੇ ਵਿੱਚ ਆ ਜੀ। ਸੋ ਜਿਹੜਾ ਕਿ ਫਰੇਜ਼ਰ ਹੈਲਥ ਏਰੀਏ ਦੇ ਵਿੱਚ ਇੱਧਰ ਆਪਣੇ ਦਰਿਆ ਤੋਂ ਉਰਲੇ ਪਾਸੇ ਦੇ ਸ਼ਹਿਰ ਪੈ ਜਾਂਦੇ ਆ, ਜਿਹਨਾਂ 'ਚ ਸਰੀ ਵੀ ਸ਼ਾਮਿਲ ਆ। ਸੋ ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀਗਾ, ਸਰੀ ਦੇ ਵਿੱਚ ਕੇਸ ਜਿਹੜੇ ਆ ਸ਼ਾਇਦ ਜ਼ਿਆਦਾ ਵਧਣਗੇ, ਉਹ ਗੱਲ ਜਿਹੜੀ ਆ ਉਹ ਸੱਚੀ ਹੋ ਰਹੀ ਆ ਜੀ, ਅਤੇ ਕੇਸ ਲਗਾਤਾਰ ਵੱਧਦੇ ਜਾ ਰਹੇ ਆ। ਵੀਕਐਂਡ ਦੇ ਉੱਤੇ ਲੋਕਾਂ ਨੇ ਦਿਵਾਲੀ ਬੜੀ ਧੂਮਧਾਮ ਨਾਲ ਮਨਾਈ ਆ, ਹਾਲਾਂਕਿ ਸਰਕਾਰ ਨੇ ਪੂਰਾ ਜ਼ੋਰ ਲਾ ਲਿਆ ਲੋਕਾਂ ਨੂੰ ਸਮਝਾਉਣ ਲਈ, ਪਰ ਫਿਰ ਵੀ ਲੋਕ ਧਾਰਮਿਕ ਸਥਾਨਾਂ ਦੇ ਉੱਤੇ, ਦਿਵਾਲੀ ਵਾਲੀਆਂ ਦੁਕਾਨਾਂ ਦੇ ਉੱਤੇ, ਮਿਠਿਆਈ ਦੇ ਉੱਤੇ ਖਾਣ ਲਈ, ਲਿਜਾਣ ਲਈ ਜਿਹੜੇ ਨਹੀਂ ਬਾਜ ਆਏ, ਬਹੁਤ ਸਾਰੇ ਜਿਹੜੀ ਵੱਡੀ ਗਿਣਤੀ ਸੀ ਲੋਕਾਂ ਦੀ, ਉਹ ਸੂਝਵਾਨ ਆ, ਉਹਨਾਂ ਨੇ ਇਹ ਗੱਲਾਂ ਸੁਣੀਆਂ, ਉਹਨਾਂ 'ਤੇ ਧਿਆਨ ਵੀ ਦਿੱਤਾ, ਪਰ ਇੱਕ ਛੋਟੀ ਜਿਹੀ ਗਿਣਤੀ ਹੈਗੀ ਆ ਜਿਹੜੀ ਕਿ ਹੂ ਕੇਅਰ ਵਾਲਾ ਕੰਮ ਦੇ ਉੱਤੇ ਚੱਲ ਰਹੀ ਹੈ, ਵੀ ਸਾਨੂੰ ਕੋਈ ਪਰਵਾਹ ਨਹੀਂ, ਅਤੇ ਉਹਨਾਂ ਦੇ ਕਰਕੇ ਜਿਹੜੇ ਕੇਸ ਵੱਧ ਰਹੇ ਆ। ਕਈ ਧਾਰਮਿਕ ਸਥਾਨਾਂ ਤੋਂ ਖਬਰਾਂ ਆਈਆਂ ਕਿ ਬਾਈਲੋਜ਼ ਆਫਿਸਰ ਨੇ, ਪੁਲਿਸ ਵਾਲਿਆਂ ਨੇ ਜਾ ਕੇ ਫਿਰ ਮੁੜ ਕੇ ਉੱਥੇ ਕੰਮ ਸੂਤ ਕੀਤਾ, ਜਾਂ ਉਹਨਾਂ ਨੂੰ ਕਿਹਾ ਵੀ ਨਹੀਂ ਹੁਣ ਤੁਸੀਂ ਆ ਨਹੀਂ ਸਕਦੇ ਅੰਦਰ, ਅਤੇ ਇਹੋ ਅਜਿਹੇ ਹੀ ਕਈ ਛਾਪੇ ਜਿਹੜੇ ਆ ਉਹ ਸਵੀਟ ਸ਼ੋਪਾਂ ਦੇ ਉੱਤੇ ਵੀ ਪਏ ਹੈਗੇ ਆ। ਹੁਣ ਜਿਹੜੇ ਦਿਵਾਲੀ ਦੇ ਕੇਸ ਅਜੇ ਵਧਣੇ ਆ, ਇਹਨਾਂ ਦਾ ਜਿਹੜਾ ਅੱਗੇ ਰਿਜ਼ਲਟ 14 ਦਿਨਾਂ ਤੱਕ ਪਤਾ ਲੱਗਣਾ, ਪਰ ਮੈਨੂੰ ਲੱਗਦਾ ਹੁਣ ਵੀ ਸਾਡੇ ਇੱਥੇ ਆਪਣੇ ਮੈਟਰੋ ਵੈਨਕੂਵਰ ਦੇ ਵਿੱਚ ਇੱਦਾਂ ਕਹਿ ਸਕਦੇ ਹਾਂ ਵੀ ਹੁਣ ਸਾਰੇ ਪੰਜਾਬੀ ਜਿਹੜੇ ਆ ਜਾਂ ਸਾਰੇ ਲੋਕ ਜਿਹੜੇ ਹੈਗੇ ਆ, ਕੋਈ ਹੋਣਾ ਨਹੀਂ ਜਿਹਨੂੰ ਇੱਦਾਂ ਨਾ ਪਤਾ ਹੋਵੇ ਵੀ ਸਾਡੀ ਜਾਣ ਪਛਾਣ 'ਚ ਕਿਸੇ ਨੂੰ ਕਰੋਨਾ ਨਹੀਂ ਹੋਇਆ। ਜਦੋਂ ਪਹਿਲੀ ਵੇਵ ਆਈ ਸੀ ਕਰੋਨਾ ਦੀ, ਉਦੋਂ ਆਪਾਂ ਅਮਰੀਕਾ ਦੇ ਵਿੱਚੋਂ ਜਾਂ ਇੰਗਲੈਂਡ 'ਚੋਂ ਖਬਰਾਂ ਸੁਣਦੇ ਹੁੰਦੇ ਸੀਗੇ, ਇਟਲੀ ਦੇ ਵਿੱਚੋਂ ਫਲਾਣੇ ਪੰਜਾਬੀ ਨੂੰ ਜਿਹੜਾ ਜੀ ਉਹ ਕਰੋਨਾ ਹੋ ਗਿਆ, ਪਰ ਹੁਣ ਇਹ ਗੱਲ ਘਰ ਦੇ ਬਹੁਤ ਕਲੋਜ਼ ਆ ਗਈ ਆ, ਅਤੇ ਜਿਸ ਹਿਸਾਬ ਦੇ ਨਾਲ ਕੇਸ ਵੱਧ ਰਹੇ ਆ, ਇਹ ਗਿਣਤੀ ਜਿਹੜੀ ਆ ਹੋਰ ਵਧਣ ਦੀ ਸੰਭਾਵਨਾ ਦੱਸ ਰਹੇ ਆ। ਬਾਕੀ ਜਿਵੇਂ ਮੈਂ ਦੱਸਿਆ ਕਿ ਸਰਕਾਰ ਨੇ ਬੜਾ ਜ਼ੋਰ ਲਾਇਆ, ਪ੍ਰਸ਼ਾਸਨ ਨੇ ਐਡਾਂ ਪਾਈਆਂ, ਉਹਨਾਂ ਨੂੰ ਟ੍ਰਾਂਸਲੇਟ ਕੀਤਾ, ਫਲਾਇਰ ਵੰਡੇ, ਰੇਡੀਓ ਮੀਡੀਆ, TV ਮੀਡੀਆ ਨੇ ਜ਼ੋਰ ਲਾਇਆ, ਪਰ ਕੁਝ ਲੋਕ ਜਿਹੜੇ ਆ ਜੀ ਉਹ ਹਜੇ ਵੀ ਬਾਜ਼ ਨਹੀਂ ਆ ਰਹੇ। ਮੈਨੂੰ ਹਾਸਾ ਆ ਰਿਹਾ ਸੀਗਾ, ਟੋਰਾਂਟੋ ਤੱਕ ਸੱਜਣ ਨੇ ਟਵੀਟ ਕੀਤਾ, ਉਹ ਕਹਿੰਦਾ ਜੀ ਵੀ ਤੁਸੀਂ ਇੰਨਾ ਪੈਸਾ ਸਾਡੇ 'ਤੇ ਨਾ ਖਰਚ ਕਰੋ, ਜਿਹੜੀਆਂ ਤੁਸੀਂ ਆਹ ਐਡਾਂ ਦੇ ਰਹੇ ਆ, ਇਸ਼ਤਿਹਾਰ ਦੇ ਰਹੇ ਆ, ਫਲਾਇਰ ਟ੍ਰਾਂਸਲੇਟ ਕਰਾ ਰਹੇ ਹਾਂ ਵਗੈਰਾ ਵਗੈਰਾ, ਇਹਦੇ ਨਾਲ ਉਸੇ ਪੈਸੇ ਦੇ ਨਾ ਬਾਈਲੋਜ਼ ਆਫਿਸਰ ਜਿਹੜੇ ਆ ਜੀ ਉਹ ਹਾਇਰ ਕਰੋ, ਸਾਨੂੰ ਮੋਟੀਆਂ ਮੋਟੀਆਂ ਟਿਕਟਾਂ ਦਿਓ, ਸਾਨੂੰ ਫੇਰ ਟਿਕਾ ਆਉਣਾ, ਕਿਉਂਕਿ ਸਾਡੇ ਦਿਮਾਗ ਜਿਹੜੇ ਉਸ ਹਿਸਾਬ ਦੇ ਨਾਲ ਪ੍ਰੋਗਰਾਮ ਹੋਏ ਆ ਕਿ ਅਸੀਂ ਜੁਰਮਾਨੇ ਤੋਂ ਬਿਨਾਂ, ਕੁੱਟ ਤੋਂ ਬਿਨਾਂ ਜਿਹੜਾ ਜੀ ਬਹਿਣਾ ਨਹੀਂ। ਸੋ ਇਹੋ ਜਿਹੀਆਂ ਗੱਲਾਂ ਵੀ ਚੱਲ ਰਹੀਆਂ ਆ, ਪਰ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਸ਼ਾਇਦ ਕਿਤੇ ਨਾ ਕਿਤੇ ਸਮਝ ਦੀ ਘਾਟ ਹੈਗੀ ਆ, ਜਾਂ ਇਹ ਗੰਭੀਰਤਾ ਨਹੀਂ ਸਮਝੀ ਜਾ ਰਹੀ ਕਿ ਕਰੋਨਾ ਜਿਹੜਾ ਆ ਉਹ ਕਿੰਨਾ ਗੰਭੀਰ ਹੈਗਾ ਆ। ਕੈਨੇਡਾ ਦੇ ਵਿੱਚ ਤਕਰੀਬਨ ਸਾਰਿਆਂ ਹੀ ਸੂਬਿਆਂ ਦੇ ਵਿੱਚ ਜਿਹੜੇ ਆ ਇਹੋ ਜਿਹੇ ਨਤੀਜੇ ਆ ਰਹੇ ਆ। ਬਾਕੀ ਇਹ ਨਹੀਂ ਗੱਲ ਕਹਿ ਸਕਦੇ ਕਿ ਇਕੱਲੇ ਪੰਜਾਬੀਆਂ ਕਰਕੇ ਹੋ ਰਿਹਾ ਆ, ਹੁਣ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕਰੋਨਾ ਜਿਹੜਾ ਫੈਲਿਆ ਆ,
ਆਪਣੀ ਗੁਆਂਢੀ ਸਟੇਟ ਜਿਹੜੀ ਵਾਸ਼ਿੰਗਟਨ ਆ ਉਹਦੇ ਵਿੱਚ ਕਾਫੀ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਆ। ਕੁਝ ਸਟੇਟਾਂ ਅਮਰੀਕਾ ਦੀਆਂ ਉਹਨਾਂ ਨੇ ਇੱਕ ਦੂਜੀ ਸਟੇਟ ਦੇ ਵਿੱਚ ਵੀ ਬੰਦੇ ਆਉਣ ਜਾਣ 'ਤੇ ਪਾਬੰਦੀ ਲਾ ਦਿੱਤੀ ਆ, ਕੁਆਰੰਟੀਨ ਕਰਨਾ ਪੈਣਾ ਆ। ਪਾਬੰਦੀਆਂ ਨੂੰ ਹੌਲੀ ਹੌਲੀ ਜਿਹੜਾ ਜੀ ਵੱਧ ਰਹੇ ਆ। ਇਹ ਪਾਬੰਦੀਆਂ ਲੱਗ ਜਾਣੀਆਂ ਚਾਹੀਦੀਆਂ ਹੁਣ, ਮਤਲਬ ਜੇ ਮਿਠਾਈ ਦੀਆਂ ਦੁਕਾਨਾਂ ਖੁੱਲ੍ਹੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੋਕ ਜਾ ਸਕਦੇ ਆ ਤਾਂ ਲੋਕ ਜਾਣਗੇ? ਬਿਲਕੁਲ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਕਿ ਜਿੰਨਾ ਚਿਰ ਤੁਸੀਂ ਧੱਕੇ ਨਾਲ ਨਹੀਂ ਹੈ ਬੰਦ ਕਰਦੇ, ਉਹਨਾਂ ਚਿਰ ਲੋਕਾਂ ਨੇ ਹਟਣਾ ਨਹੀਂ। ਕਿਉਂਕਿ ਲੋਕ ਦੋ ਤਰ੍ਹਾਂ ਦੇ ਆ, ਇੱਕ ਤਾਂ ਜਿਹੜੇ ਹੈਗੇ ਸੁਣ ਕੇ ਮੰਨਣ ਵਾਲੇ, ਇੱਕ ਸੁਣ ਕੇ ਗਣਗੋਲਣ ਵਾਲੇ। ਜਿਹੜੇ ਸੁਣ ਕੇ ਗਣਗੋਲਣ ਵਾਲੇ, ਉਹਨਾਂ ਦਾ ਹੋਰ ਕੋਈ ਇਲਾਜ ਨਹੀਂ ਹੈਗਾ ਜਿੰਨਾ ਚਿਰ ਚੀਜ਼ ਜਿਹੜੀ ਉਹ ਬੰਦ ਨਹੀਂ ਹੁੰਦੀ ਹੈਗੀ। ਸਰਕਾਰਾਂ ਇਕੋਨਮੀ ਬਚਾਉਣੀਆਂ ਚਾਹੁੰਦੀਆਂ ਆ, ਵੀ ਇਕੋਨਮੀ ਬਚੀ ਰਹੀ, ਸਾਰਾ ਕੁਝ ਚੱਲਦਾ ਰਹੇ। ਪਰ ਗੱਲ ਹੈਗੀ ਆ ਕਿ ਇਹ ਔਖਾ ਆ ਜੀ। ਇੱਕ ਪਾਸੇ ਸਕੂਲ ਜਿਹੜੇ ਆ ਉਹ ਹੌਲੀ ਹੌਲੀ ਕਰਕੇ ਬੰਦ ਹੋ ਰਹੇ ਆ, ਸਰਕਾਰ ਬਜ਼ਿੱਦ ਆ ਇਸ ਗੱਲ ਦੇ ਉੱਤੇ ਵੀ ਸਕੂਲ ਖੋਲ੍ਹਣੇ ਆ। ਲੋਕ ਕਹਿੰਦੇ ਆ ਵੀ ਜਿਹੜੇ ਬਿਜ਼ਨਸ ਖੋਲ੍ਹੇ ਆ ਉਹਨੂੰ ਤੁਸੀਂ ਬੰਦ ਕਰਦੇ ਆ ਕਹਿਣ ਨੂੰ, ਕਈਆਂ ਨੂੰ ਸਕੂਲ ਖੋਲ੍ਹੇ ਆ, ਗੱਲ ਤਾਂ ਫਿਰ ਉੱਥੇ ਆ ਜਾਂਦੀ ਆ। ਹੁਣ ਸਰੀ ਦਾ ਇੱਕ ਸਕੂਲ ਜਿਹੜਾ ਕੈਂਬਰਿਜ ਐਲੀਮੈਂਟਰੀ ਸਕੂਲ ਆ ਉਹ ਇਸ ਕਰਕੇ ਬੰਦ ਕੀਤਾ ਗਿਆ ਕਿ ਉੱਥੇ ਬੱਚੇ ਅਤੇ ਸਟਾਫ ਜਿਹੜਾ ਜੀ ਉਹਨਾਂ ਨੂੰ ਹੋਇਆ। ਕੁਝ ਹੋਰ ਸਕੂਲਾਂ ਤੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਆ, ਲਗਭਗ ਮੈਨੂੰ ਮੈਟਰੋ ਵੈਨਕੂ ਵਿੱਚ ਕੁਝ ਸਕੂਲ ਸ਼ਾਇਦ ਬਚਿਆ ਹੋਵੇ ਜਿੱਥੇ ਇੱਕ ਅੱਧਾ ਕੇਸ ਜਿਹੜਾ ਨਹੀਂ ਆਇਆ ਜੀ, ਸਕੂਲ ਚੱਲੀ ਜਾ ਰਹੇ ਆ। ਹੁਣ ਕੀ ਹੋਇਆ ਕਿ ਜਿਹੜੇ ਇੱਥੋਂ ਦੇ ਅਧਿਆਪਕ ਆ, ਅਜੇ ਬੀ ਸੀ ਟੀਚਰ ਫੈਡਰੇਸ਼ਨ ਨੇ ਵੀ ਗੱਲ ਕੀਤੀ ਆ, ਉਹ ਵੀ ਕਹਿ ਰਿਹਾ ਵੀ ਸਕੂਲ ਹੋਰ ਬੰਦ ਹੋਣਗੇ, ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਖੁਦ ਟੀਚਰ ਆ ਉਹ ਛੁੱਟੀਆਂ ਲੈ ਕੇ ਘਰ ਬਹਿ ਗਏ ਆ ਜੀ। ਉਹਨਾਂ ਨੂੰ ਲੱਗਦਾ ਕਿ ਸਾਨੂੰ ਫਲੂ ਹੋਇਆ, ਇਹ ਨਹੀਂ ਪਤਾ ਕਰੋਨਾ ਕਰਕੇ ਹੋਇਆ, ਦੂਜਾ ਹੋਇਆ, ਅਸੀਂ ਸਕੂਲ ਨਹੀਂ ਆਉਣਾ ਚਾਹੁੰਦੇ ਕਿਉਂਕਿ ਮੌਸਮ ਠੰਡ ਦਾ ਆ ਜੀ। ਸੋ ਇਸ ਕਰਕੇ ਹੋਰ ਸਕੂਲ ਵੀ ਬੰਦ ਹੋਣਗੇ। ਅਤੇ ਪਰ ਕਿਤੇ ਨਾ ਕਿਤੇ ਜਿਹੜੇ ਜੀ ਬਹੁਤੇ ਲੋਕ ਕਹਿ ਰਹੇ ਕਿ ਸਰਕਾਰ ਜੇ 4 ਵੀਕਾਂ 4 ਹਫ਼ਤੇ ਜਿਹੜਾ ਆ ਉਹ ਕੋਈ ਠੋਸ ਫੈਸਲਾ ਲੈ ਕੇ, ਜਿਵੇਂ ਕਿ ਹੋਰ ਮੁਲਕਾਂ ਦੇ ਵਿੱਚ ਲਿਆ ਗਿਆ ਆ ਕਈਆਂ ਦੇ ਵਿੱਚ, ਵੀ ਇੱਕ ਵਾਰੀ ਜ਼ੋਰ ਲਾ ਲਵੇ, ਉਹਨਾਂ ਬੈਟਰ ਆ ਕਿ ਛੇਤੀ ਜਿਹੜਾ ਨਤੀਜਾ ਸਾਹਮਣੇ ਆ ਸਕਦਾ, ਕਰੋਨਾ ਨੂੰ ਠੱਲ ਪਾਈ ਜਾ ਸਕਦੀ। ਜਿਹੜਾ ਸੈਂਕੜਿਆਂ ਦੇ ਵਿੱਚ ਹੁਣ 1600 ਕਿੰਨਾ ਮਰੀਜ਼ ਜਿਹੜਾ ਤੁਸੀਂ ਦੱਸ ਕੇ ਹਟੇ ਹੋਏ ਆ ਪਿਛਲੇ 3 ਦਿਨਾਂ ਦਾ ਹੈਗਾ, ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਗਿਣਤੀ ਇੰਨੀ ਜ਼ਿਆਦਾ ਵੱਧ ਜਾਣੀ ਹੈ। ਕੀ ਹੁਣ ਇਹ ਇੱਕ ਪੋਲਿਸੀ ਆ ਕਿ ਜਿੰਨੀ ਮਰਜ਼ੀ ਗਿਣਤੀ ਵੱਧ ਜਾਵੇ ਨਾ ਸਕੂਲ ਬੰਦ ਹੋਣੇ ਨਾ ਬਿਜ਼ਨਸ ਬੰਦ ਹੋਣੇ, ਆਪਣਾ ਵਿਚਾਰ ਹੁੰਦਾ ਕਰ ਲਓ ਸਰਕਾਰ ਨੇ ਨਹੀਂ ਬੰਦ ਕਰਨਾ, ਇਹ ਲੱਗਦਾ ਇੱਦਾਂ? ਨਹੀਂ ਜੀ, 1959 ਦੇਖ ਲਓ ਵੀ ਕੇਸ ਆਏ ਆ 3 ਦਿਨਾਂ ਦੇ, ਬਹੁਤ ਵੱਡੀ ਗਿਣਤੀ ਆ। ਕਿੱਥੇ ਤੁਸੀਂ ਦੇਖੋ ਵੀ ਅਗਸਤ ਦੇ ਵਿੱਚ ਐਵੇਂ ਹੀ 30-35-40 ਕੇਸ ਮਸੀਂ ਹੁੰਦੇ ਸੀਗੇ, ਠੀਕ ਆ। ਹੁਣ ਜਦੋਂ ਕੇਸ ਵਧਣੇ ਆ ਫਿਰ ਗਾਹਾਂ ਉਹ ਉਸ ਰਫਤਾਰ ਦੇ ਨਾਲ ਮੌਤਾਂ ਵੀ ਵਧਣੀਆਂ ਆ। ਜਿਹੜੀ ਮਾਡਲਿੰਗ ਆ ਉਹ ਵੀ ਇਸ ਹਿਸਾਬ ਦੇ ਨਾਲ ਕੱਢੀ ਜਾਂਦੀ ਆ ਵੀ ਗਾਹਾਂ ਫਿਊਚਰ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਕਿੰਨੇ ਕੇਸ ਹੋ ਜਾਣੇ ਆ ਜਾਂ ਮਹੀਨੇ ਬਾਅਦ ਕਿੰਨੇ ਕੇਸ ਹੋ ਜਾਣੇ ਆ। ਸਰਕਾਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀ ਇਕੋਨਮੀ ਬਚਾਉਣ ਦੇ ਵਾਸਤੇ ਇਹ ਸ਼ਾਇਦ ਕਰ ਰਹੀ ਆ, ਪਰ ਇਹ ਸਮਝ ਲਓ ਸਮਰੱਥ ਆ ਕਿ ਪਿਛਲੀ ਵਾਰੀ ਤਾਂ ਫੈਡਰਲ ਗੌਰਮੈਂਟ ਨੇ ਹੱਥ ਫੜ ਲਏ ਸੀਗੇ, ਬਾਹਾਂ ਫੜ ਲਈਆਂ ਸੀਗੀਆਂ ਵੀ ਸਰ ਬੁਲਾ ਦਿੱਤੀ, ਹੋਰ ਬਿਜ਼ਨਸਾਂ ਨੂੰ ਪੈਸੇ ਦੇ ਦਿੱਤੇ। ਹੁਣ ਉਹਨਾਂ ਕੋਲ ਵੀ ਬਹੁਤੇ ਪੈਸੇ ਹੈ ਨਹੀਂ ਗੇ, ਇਸ ਕਰਕੇ ਨੁਕਸਾਨ ਜਿਹੜਾ ਜ਼ਿਆਦਾ ਹੋ ਸਕਦਾ। ਸੂਬੇ ਵਾਲੇ ਜੇ ਥੋੜ੍ਹੀ ਜਿਹੀ ਸਖਤੀ ਕਰਨਗੇ ਤਾਂ ਹੀ ਬਚਾਅ ਹੋਣਾ ਆ, ਜੇ ਬਹੁਤੀ ਨਹੀਂ ਤਾਂ ਜਿਹਨਾਂ ਜਿਹਨਾਂ ਖੇਤਰਾਂ ਦੇ ਵਿੱਚ ਕੰਮ ਵੱਧ ਰਿਹਾ ਆ ਉੱਥੇ ਇੰਨਾ ਹੀ ਕਰ ਦੇਣ, ਗਰੋਸਰੀ ਸਟੋਰਾਂ ਦੇ ਉੱਤੇ ਜਾਂ ਜਿਹੜੇ ਸਟੋਰ ਆ ਉਹਨਾਂ 'ਚ ਬੰਦੇ ਜਾਣ ਦੇ ਉੱਤੇ ਪਾਬੰਦੀ ਲੱਗ ਜਾਵੇ, ਕੋਈ ਰੈਸਟੋਰੈਂਟਾਂ ਬਾਰਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਜ਼ਿਆਦਾ ਮੇਲ ਜੋਲ ਆ ਰੈਸਟੋਰੈਂਟਸ ਵਗੈਰਾ ਦੇ ਉੱਤੇ, ਉੱਥੇ ਕੁਛ ਨਾ ਕੁਛ ਤਾਂ ਕਰਨਾ ਪੈਣਾ ਜੀ। ਅਦਰਵਾਈਜ਼ ਤਾਂ ਫਿਰ ਇਹਦਾ ਇਲਾਜ ਹੈ ਨਹੀਂ ਕੋਈ ਵੀ, ਅਤੇ ਜੇ ਆਪਾਂ ਨਾ ਸਕੂਲ ਬੰਦ ਕਰਨੇ ਆ ਨਾ ਕਿਤੇ ਮਿਲਣ ਜੋਲ ਵਾਲੀਆਂ ਤਾਹਾਂ ਬੰਦ ਕਰਨੀਆਂ, ਫਿਰ ਇਹ ਆਸ ਕਿਵੇਂ ਆਪਾਂ ਲਾ ਸਕਦੇ ਹਾਂ ਕਿ ਕਰੋਨਾ ਹਟ ਜੂ? ਹੁਣ ਇੱਕ ਜਿਹੜੀ ਵੱਡੀ ਪ੍ਰੋਬਲਮ ਇਹ ਆ ਰਹੀ ਆ, ਜਿਵੇਂ ਹੁਣ ਸਰੀ ਦੇ ਵਿੱਚ ਇੱਕ ਪਲੈਟੀਨਮ ਜਿਮ ਹੈਗਾ 374 'ਤੇ, ਉੱਥੇ 42 ਜਣੇ ਪੋਜ਼ਿਟਿਵ ਨਿਕਲੇ ਆ। ਉਹਨਾਂ ਨੇ ਜਿਹੜੀ ਗੱਲ ਦਾ ਗੁੱਸਾ ਜ਼ਾਹਰ ਕੀਤਾ ਉਹ ਕਹਿੰਦੇ ਵੀ ਕਈਆਂ ਬੰਦਿਆਂ ਨੂੰ ਪਤਾ ਸੀਗਾ ਵੀ ਸਾਡੇ ਘਰ ਕਰੋਨਾ ਹੋਇਆ ਆ, ਉਹ ਖੁਦ ਟੈਸਟ ਕਰਾ ਕੇ ਆਏ ਆ, ਟੈਸਟ ਦੇ ਨਤੀਜੇ ਹਲੇ ਆਉਣੇ ਆ, ਉਹਨਾਂ ਜਦ ਨਹੀਂ ਘਰ ਬਹਿ ਹੋਇਆ 2-3 ਦਿਨ ਦੇ ਵਿੱਚ ਰਿਜ਼ਲਟ ਆ ਜਾਂਦਾ, ਉਹ ਫਿਰ ਮੁੜ ਕੇ ਹੋਰਾਂ ਨੂੰ ਹੋ ਗਿਆ ਕਰੋਨਾ ਜੀ। ਹੁਣ ਉਹ ਅਧਿਕਾਰਤ ਤੌਰ 'ਤੇ ਤਾਂ 42 ਜਣੇ ਕਹਿ ਰਹੇ ਆ, ਪਰ ਜਿਹੜੇ ਉੱਥੇ ਜਾਂਦੇ ਆ ਲੋਕ ਉਹ ਕਹਿੰਦੇ ਵੀ ਬੰਦੇ ਬਹੁਤ ਬਿਮਾਰ ਪਏ ਆ ਸਾਡੇ ਨਾਲ ਦੇ, ਸੋ ਗਿਣਤੀ 100 ਤੋਂ ਵੀ ਵੱਧ ਹੋ ਸਕਦੀ ਆ। ਜਿਹੜੇ ਉਹ ਲੋਕ ਗੈਰ ਗੰਭੀਰ ਆ ਜਿਹਨਾਂ ਨੂੰ ਪਤਾ ਆ ਹੈ ਨਾ ਵੀ ਸਾਨੂੰ ਕਰੋਨਾ ਸਾਡੇ ਟੱਬਰ ਦੇ ਜੀਅ ਨੂੰ ਕਿਸੇ ਨੂੰ ਹੋਇਆ ਆ ਅਤੇ ਸਾਨੂੰ ਹੋ ਸਕਦਾ ਆ ਜਾਂ ਅਸੀਂ ਟੈਸਟ ਕਰਾਇਆ ਆ, ਫਿਰ ਵੀ ਕੰਮ 'ਤੇ ਜਾਂਦੇ ਆ, ਲੋਕਾਂ ਨੂੰ ਮਿਲਦੇ ਗਿਲਦੇ ਆ, ਮੈਨੂੰ ਲੱਗਦਾ ਉਹ ਵੱਡੇ ਦੋਸ਼ੀ ਆ। ਉਹ ਜਿੱਥੇ ਆਪਣੀ ਅਣਗਹਿਲੀ ਵਰਤ ਰਹੇ ਉਹਦੇ ਨਾਲ ਕੀ 40-45-50 ਜਾਣੇ ਹੋਰ ਵੀ ਨਾਲ ਬੰਨ ਦਿੰਦੇ ਆ। ਹੁਣ ਮੰਨ ਲਓ ਕੰਮ ਬੰਦ ਹੋ ਗਿਆ 15 ਦਿਨ ਲਈ, ਜਿਹੜਾ ਬਿਜ਼ਨਸ ਦਾ ਨੁਕਸਾਨ ਹੋਣਾ ਉਹਦਾ ਚੱਲ ਅਗਲੇ ਦਾ ਹੋਊਗਾ ਹੀ ਹੋਊਗਾ। ਜਿਹੜੇ 40-50 ਬੰਦੇ ਉੱਤੇ ਕੰਮ ਕਰਦੇ ਉਹਨਾਂ ਦਾ ਬੇਕਸੂਰ ਉਹਨੂੰ ਘਰ ਬਹਿਣਾ ਪੈ ਗਿਆ, ਬਿਲਕੁਲ ਕਿਸ਼ਤਾਂ ਜੇਬ 'ਚੋਂ ਦੇਣਗੇ ਜਦੋਂ 15 ਦਿਨ ਕੰਮ ਨਹੀਂ ਕਰਨਾ। ਸੋ ਇਹ ਕਰਕੇ ਸੋਚਣਾ ਚਾਹੀਦਾ ਸਰਕਾਰ ਨੂੰ ਹੁਣ ਵੀ ਆਪਣੇ ਆਪ ਸ਼ਾਇਦ ਜਿਹੜਾ ਲੋਕ ਨਾ ਮੰਨਣ, ਥੋੜ੍ਹੀ ਜਿਹੀ ਜਿਹੜੀ ਸਖਤੀ ਜੇ ਕੀਤੀ ਜਾਵੇ ਕਿਸੇ ਤਰੀਕੇ, ਜਿੱਥੇ ਜ਼ਿਆਦਾ ਡਰ ਹੈਗਾ ਉਹ ਜ਼ਿਆਦਾ ਫੈਲਣ ਤੋਂ ਫਿਰ ਬਚਾਅ ਹੋ ਜੂਗਾ ਜੀ। ਸਿਟੀ ਆਫ ਸਰੀ ਨੇ 2021 ਦਾ ਬਜਟ ਕੀ ਰੱਖਿਆ ਜੀ, ਕਿਹੋ ਜਿਹਾ ਰੱਖਿਆ ਬਜਟ? ਜਿਹੜਾ ਜੀ ਉਹਦੇ ਵਿੱਚ ਕਈ ਗੱਲਾਂ ਹੀ ਹੈਗੀਆਂ। ਜਿਹੜਾ ਇਹ 2021 ਦਾ ਬਜਟ ਆ ਉਹਦੇ ਵਿੱਚ ਇੱਕ ਤਾਂ 2.9% ਦੀ ਵਾਧਾ ਜਿਹੜਾ ਪ੍ਰੋਪਰਟੀ ਟੈਕਸ ਦਾ ਉਹ ਕੀਤਾ ਗਿਆ ਜੀ।
ਅੱਛਾ ਜੀ 2019 ਦੇ ਵਿੱਚ ਵੀ ਇੰਨਾ ਵਾਧਾ ਕੀਤਾ ਗਿਆ ਸੀਗਾ 2020 ਦੇ ਵਿੱਚ ਵੀ ਇੰਨਾ ਵਾਧਾ ਕੀਤਾ ਗਿਆ ਸੀਗਾ ਸੋ ਇਹ ਜਾਇਜ਼ ਵਾਧਾ ਇਹਨੂੰ ਕਿਹਾ ਜਾਂਦਾ ਜੀ ਕਿ ਮਹਿੰਗਾਈ ਦਰ ਦੇ ਹਿਸਾਬ ਦੇ ਨਾਲ ਜਿਹੜਾ ਆ ਵਾਧਾ ਹੋ ਰਿਹਾ ਹਾਲਾਂਕਿ ਡਰ ਇਸ ਸੀਗਾ ਕਿ ਕਰੋਨਾ ਦੇ ਕਰਕੇ ਜਿਵੇਂ ਸਿਟੀਜ਼ ਨੂੰ ਘਾਟਾ ਬਹੁਤ ਪਿਆ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਤਾਂ ਵੈਨਕੂਵਰ ਵਾਲੇ ਸਾਰੇ ਰੋਣ ਲੱਗ ਪਏ ਸੀਗੇ ਕਿ ਸਾਡੀ ਬੱਸ ਹੋ ਜਾਣੀ ਆ ਸਿਟੀ ਬੈਂਕਰਪਟ ਹੋ ਜਾਣੀ ਆ ਪਰ ਉਸ ਹਿਸਾਬ ਦੇ ਨਾਲ ਠੀਕ ਹੈ ਜੀ ਕੰਮ 2.9% ਕੋਈ ਬਹੁਤਾ ਨਹੀਂ ਹੈਗਾ ਅਤੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਪੁਲਿਸ ਦੀ ਕਾਇਮੀ ਦੇ ਵਾਸਤੇ ਬਜਟ ਸੀਗਾ 2021 ਦੇ ਵਿੱਚ ਉਹ 199.6 ਜਿਹੜਾ ਜੀ ਉਹ ਮਿਲੀਅਨ ਰੱਖਿਆ ਸੀਗਾ ਉਹਨੂੰ 5.5 ਮਿਲੀਅਨ ਘਟਾ ਦਿੱਤਾ ਗਿਆ ਹੁਣ 184.1 ਮਿਲੀਅਨ 'ਤੇ ਲਿਆ ਜਾਂਦਾ ਕਹਿੰਦੇ ਵੀ ਖਰਚਾ ਅਸੀਂ ਲਾਇਆ ਦੁਬਾਰਾ ਤੋਂ ਵੀ 5.5 ਮਿਲੀਅਨ ਡਾਲਰ ਘੱਟ ਖਰਚਾ ਹੋਣਾ ਆ ਪਰ ਇੱਕ ਜਿਹੜਾ ਨਾਲ ਇੱਕ ਸਪੈਸ਼ਲ ਲੈਵੀ ਜਿਹੜੀ ਹੈ ਜੀ ਉਹ ਲਾਈ ਗਈ ਆ ਪਿਛਲੇ ਸਾਲ ਉਹ ਲੈਵੀ ਜਿਹੜੀ ਹੈ ਘਰ ਭਰਤੀ $100 ਲਾਈ ਗਈ ਸੀਗੀ ਜੀ ਹੁਣ ਐਤਕੀ ਉਹ $200 ਕਰ ਦਿੱਤੀ ਗਈ ਆ 2021 ਦੇ ਵਿੱਚ ਉਹਨੂੰ ਜਿੱਦਾਂ ਵਿਸ਼ੇਸ਼ ਟੈਕਸ ਆਪਾਂ ਕਹਿ ਸਕਦੇ ਹਾਂ ਉਹ ਕਹਿੰਦੇ ਵੀ ਜਿਹੜਾ ਉਹ ਵਿਸ਼ੇਸ਼ ਟੈਕਸ $200 ਪ੍ਰਤੀ ਘਰ ਲਾਉਣਾ ਆ ਉਹ 16 ਜਿਹੜੇ ਕੈਪੀਟਲ ਪ੍ਰੋਜੈਕਟ ਆ ਸ਼ਹਿਰ ਦੇ ਉਹਨਾਂ ਦੇ ਉੱਤੇ ਖਰਚਿਆ ਜਾਊਗਾ ਉਹਦੇ ਵਿੱਚ ਉਹ ਪੈਸਾ ਜਿਹੜਾ ਜਮ੍ਹਾਂ ਹੋਇਆ ਸਿਟੀ ਦੇ ਕਿਸੇ ਹੋਰ ਕੰਮ ਨਹੀਂ ਆਊਗਾ ਕਿਤੇ ਉਹ ਪੁਲਿਸ ਦੇ ਵਾਸਤੇ ਨਹੀਂ ਖਰਚਿਆ ਜਾਊਗਾ ਜੇ ਸਿਟੀ ਦੇ ਵਿੱਚ ਨਵੀਆਂ ਚੀਜ਼ਾਂ ਬਣਾਉਣ ਵਾਲੀਆਂ ਜਾਂ ਰਿਪੇਅਰ ਕਰਨ ਵਾਲੀਆਂ ਆ ਜਿਵੇਂ ਕਿ ਕੋਈ ਟਰੈਕ ਹੈਗਾ ਆ ਚਾਹੇ ਉਹ ਨਿਊਟਨ ਆ ਜਾਂ ਸਾਊਥ ਸਰੀ ਆ ਉਹਦੀ ਜਾਂ ਕਿਤੇ ਵਾਸ਼ਰੂਮ ਬਣਨ ਵਾਲੇ ਕੋਈ ਵਾਲੀਬਾਲ ਦੀ ਗਰਾਊਂਡ ਬਣਨੀ ਆ ਕੋਈ ਰੈਕ ਸੈਂਟਰ ਬਣਨਾ ਉਹਦੇ ਵਾਸਤੇ ਉਹ ਪੈਸੇ ਜਿਹੜੇ ਵਰਤੇ ਜਾਣੇ ਉਹ ਬਕਾਇਦਾ 16 ਚੀਜ਼ਾਂ ਦਾ ਜਿਹੜਾ ਵੇਰਵਾ ਵੀ ਦਿੱਤਾ ਗਿਆ ਹੋਇਆ ਉਹਦੇ ਉੱਤੇ ਹੁਣ ਲੋਕ ਜਿਹੜੇ ਕੁਛ ਇਤਰਾਜ਼ ਇਹ ਕਰ ਰਹੇ ਆ ਕਿ ਉਹ $200 ਘਰ ਭਰਤੀ ਲਾਤਾ ਜਿਵੇਂ ਆਪਾਂ ਢਾਲ ਨਹੀਂ ਲਾ ਦਿੰਦੇ ਹੁੰਦੇ ਪਿੰਡਾਂ ਦੇ ਵਿੱਚ ਵੀ ਢਾਲ ਲਾਤੀ ਘਰ ਭਰਤੀ ਹੈ ਨਾ ਉਹ ਕਹਿੰਦੇ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਕੋਈ 4 ਲੱਖ ਦਾ ਕੌਂਡੋ ਲੈ ਕੇ ਬੈਠਾ ਜਾਂ ਕੋਈ 6 ਲੱਖ ਦਾ ਟਾਊਨ ਹਾਊਸ ਲੈ ਕੇ ਬੈਠਾ ਉਹਨੂੰ ਵੀ $200 ਹੀ ਹੈ ਜਿਹੜਾ 3 ਮਿਲੀਅਨ ਦਾ 4 ਮਿਲੀਅਨ ਦਾ ਘਰ ਲੈ ਕੇ ਬੈਠਾ ਉਹਨੂੰ ਵੀ $200 ਹੀ ਹੈ ਵੀ ਇਹ ਨਹੀਂ ਗੱਲ ਸਹੀ ਹੈਗੀ ਇਹ ਪਰਸੈਂਟੇਜ ਦੇ ਹਿਸਾਬ ਨਾਲ ਲਾਓ ਵੀ ਜਿਹੜਾ ਜਿੰਨਾ ਕਿਸੇ ਦਾ ਘਰ ਮਹਿੰਗਾ ਆ ਉਨਾ ਹੀ ਉਹਦਾ ਫਿਰ ਟੈਕਸ ਵਧੇ ਜਾਂਦਾ ਹੈ ਨਾ ਅਤੇ ਜਿਹੜਾ ਘਰ ਛੋਟਾ ਉਹਨੂੰ ਘੱਟ ਦੇਣਾ ਪਵੇ ਇਹ ਨਹੀਂ ਹੋਣਾ ਚਾਹੀਦਾ ਵੀ 4 ਲੱਖ ਵਾਲਾ ਦਾ ਵੀ ਉਨਾ ਹੀ ਅਤੇ 4 ਮਿਲੀਅਨ ਵਾਲੇ ਦਾ ਵੀ ਉਨਾ ਇਹ ਗੱਲਾਂ ਚੱਲ ਰਹੀਆਂ ਬਾਕੀ ਪ੍ਰਪੋਜ਼ਡ ਟੈਕਸ ਆ ਹੁਣ ਇਹਦੇ ਵਿੱਚ ਵੀ ਜਦੋਂ ਲੋਕਾਂ ਦੀ ਫੀਡਬੈਕ ਜਾਊਗੀ ਤਾਂ ਕੌਂਸਲ ਇਹਦੇ ਉੱਤੇ ਮੁੜ ਵਿਚਾਰ ਵੀ ਕਰ ਸਕਦੀ ਆ ਸੋ ਇਹੋ ਜਿਹੀਆਂ ਗੱਲਾਂ ਬਜਟ ਦੇ ਵਿੱਚ ਦਿਖਾਈਆਂ ਗਈਆਂ ਜੀ ਇੱਕ ਕੋਈ ਕੈਨੇਡੀਅਨ ਨੌਜਵਾਨ ਸੀ ਕੇਸ ਉਹਦੇ 'ਤੇ ਪਾਇਆ ਗਿਆ ਸੀ ਬਰੀ ਹੋ ਗਿਆ ਕੀ ਮਾਮਲਾ ਅਤੇ ਕਿੱਥੇ ਦਾ ਜੀ ਹੈ ਇਹ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦਾ ਜੀ ਵੈਸੇ ਅਤੇ ਬਰੈਂਪਟਨ ਰਹਿੰਦਾ ਅੱਛਾ ਗੁਰਜੀਤ ਸਿੰਘ ਚੀਮਾ ਔਰ ਗੁਰਜੀਵਨ ਸਿੰਘ ਇਹਦਾ ਨਾਂ ਆ ਕੈਨੇਡੀਅਨ ਨਾਗਰਿਕ ਕੈਨੇਡੀਅਨ ਨਹੀਂ ਨਾਗਰਿਕ ਤਾਂ ਨਹੀਂ ਪਤਾ ਕੈਨੇਡਾ 'ਚ ਰਹਿੰਦਾ ਕੈਨੇਡਾ 'ਚ ਰਹਿੰਦਾ ਤੁਹਾਨੂੰ ਯਾਦ ਹੋਣਾ ਜਦੋਂ ਟਰੂਡੋ ਆਪਣੇ ਪ੍ਰਧਾਨ ਮੰਤਰੀ ਅਤੇ ਨਾਲ ਉਹਨਾਂ ਦਾ ਪੂਰਾ ਵਫਦ ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਅਤੇ ਹੋਰ ਅਮਲਾ ਫੈਲਾ ਸਾਰਾ ਪੰਜਾਬ ਗਿਆ ਸੀਗਾ ਜੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਨਖਰੇ ਕੀਤੇ ਸੀਗੇ ਮੈਂ ਮਿਲਣਾ ਨਹੀਂ ਮੈਂ ਆਹ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਹਾਲਾਂਕਿ ਲੋਕਾਂ ਨੂੰ ਆਸ ਸੀਗੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਇਸ ਕੈਨੇਡੀਅਨ ਵਫਦ ਨੂੰ ਮਿਲੂਗੇ ਤਾਂ ਉਹ ਪੰਜਾਬ ਲਈ ਕੁਛ ਮੰਗਣਗੇ ਪੰਜਾਬ 'ਚ ਇਨਵੈਸਟਮੈਂਟ ਦੀ ਗੱਲ ਕਰਨਗੇ ਕੁਛ ਸਮਝੌਤਿਆਂ ਦੀ ਗੱਲ ਕਰਨਗੇ ਪਰ ਉਹਨਾਂ ਨੇ ਜਿਹੜਾ ਆਪਣਾ ਸਾਰਾ ਸਮਾਂ ਜਿਹੜਾ ਸੀਗਾ ਇਸ ਗੱਲ ਦੇ ਉੱਤੇ ਜ਼ਾਇਆ ਕਰ ਦਿੱਤਾ ਸੀਗਾ ਜੀ ਕਿ ਕੈਨੇਡਾ ਦੇ ਵਿੱਚੋਂ ਕੁਝ ਲੋਕ ਜਿਹੜੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹਨਾਂ ਨੂੰ ਕਾਬੂ ਕਰੋ ਹਾਲਾਂਕਿ ਇਹ ਜਿਹੀਆਂ ਸ਼ਿਕਾਇਤਾਂ ਲਾਉਣ ਦੀ ਜ਼ਿੰਮੇਵਾਰੀ ਗ੍ਰਹਿ ਵਿਭਾਗ ਦੀ ਬਣਦੀ ਸੀ ਮੋਦੀ ਸਰਕਾਰ ਲਾਉਂਦੀ ਪਰ ਇਹ ਬਿਨਾਂ ਗੱਲੋਂ ਜਾਣੀ ਕਿ ਉਹਨਾਂ ਦੇ ਕਹਿ ਲਓ ਵੀ ਪਪੇਟ ਬਣ ਕੇ ਤਾਂ ਇਹਨਾਂ ਨੇ ਉਹ ਸਮਾਂ ਜਿਹੜਾ ਕਿਸੇ ਚੰਗੇ ਕੰਮ ਲਈ ਲਾਇਆ ਜਾ ਸਕਦਾ ਸੀ ਉਹ ਗਵਾਇਆ ਉਦੋਂ ਬਾਅਦ ਇੱਕ ਡੋਜ਼ੀਅਰ ਜਿਹੜਾ ਸੌਂਪਿਆ ਹੈਗਾ ਜਿਹਦੇ ਵਿੱਚ ਇਸ ਨੌਜਵਾਨ ਦਾ ਨਾਂ ਸੀਗਾ ਵੀ ਇਹ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਰਲ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਲ ਪਤਾ ਨਹੀਂ ਖਾਲਿਸਤਾਨ ਜਿੰਦਾ ਫੋਰਸ ਦੇ ਨਾਲ ਰਲ ਕੇ ਜੀ ਇਹਦਾ ਪੰਜਾਬ ਦੇ ਵਿੱਚ ਬਹੁਤ ਕੰਮ ਖਰਾਬ ਕਰ ਰਹੇ ਆ ਇਹਨਾਂ ਨੇ ਕੈਨੇਡਾ ਦੇ ਵਿੱਚ ਖਾਲਸਾ ਸੇਵਾ ਕਲੱਬ ਬਣਾਇਆ ਹੋਇਆ ਉਹਦੇ ਵਿੱਚ ਪੈਸੇ ਇਕੱਠੇ ਕਰਦੇ ਆ ਉਹਦੇ ਲਿਆ ਕੇ ਇੱਥੇ ਰੈਫਰੈਂਡਮ 2020 ਵਾਲਿਆਂ ਨੂੰ ਇਹ ਸਪੋਰਟ ਕਰਦੇ ਆ ਜੀ ਇਹਨਾਂ ਨੇ ਇੱਥੇ ਅਸਲਾ ਲੈ ਆਉਣਾ ਇੱਥੇ ਇਹਨਾਂ ਨੇ ਮਾਹੌਲ ਖਰਾਬ ਕਰ ਦੇਣਾ ਸੋ ਬਹੁਤ ਬਾਤ ਦਾ ਪਤੰਗੜ ਬਣਾਇਆ ਗਿਆ ਸੀਗਾ ਜੀ ਅਤੇ ਉਹ ਡੋਜ਼ੀਅਰ ਦੇ ਕੇ ਜਦੋਂ ਫਿਰ ਉਹਦੇ ਆਧਾਰ ਦੇ ਉੱਤੇ ਖਬਰਾਂ ਛਪੀਆਂ ਸੀਗੀਆਂ ਅਤੇ ਇਹ ਲੱਗਣ ਲੱਗ ਪਿਆ ਸੀਗਾ ਉਸ ਉਹਨਾਂ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੀ ਕੋਈ ਮੂਵਮੈਂਟ ਚੱਲਣ ਵਾਲੀ ਆ ਉਹਦੀਆਂ ਕੈਨੇਡਾ ਵਿੱਚ ਤਿਆਰੀਆਂ ਹੋ ਗਈ ਹੋ ਚੁੱਕੀਆਂ ਆ ਸਰੀ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਵੀ ਉਦੋਂ ਨਾਂ ਆਇਆ ਸੀਗਾ ਉਹ ਸ਼ੂਟਿੰਗ ਰੇਂਜ ਵਿੱਚ ਜਿਹੜੀ ਆਪਣੀ ਉਹ ਆਮ ਗੋਲੀਆਂ ਚਲਾਉਂਦੇ ਆ ਉਹਨੂੰ ਵੀ ਉਦੋਂ ਬਣਾ ਦਿੱਤਾ ਸੀਗਾ ਵੀ ਇਹਨਾਂ ਨੇ ਤਾਂ ਇੱਥੇ ਟ੍ਰੇਨਿੰਗ ਕੈਂਪ ਬਣਾਏ ਹੋਏ ਆ ਸੋ ਪੂਰਾ ਬਾਤ ਦਾ ਪਤੰਗੜ ਬਣਾਇਆ ਗਿਆ ਸੀਗਾ ਜੀ ਹੁਣ ਪੰਜਾਬ 'ਚ ਕੇਸ ਚੱਲਿਆ ਇਸ ਨੌਜਵਾਨ ਦਾ ਉਹਦੇ ਵਿੱਚ 9 ਜਣੇ ਹੋਰ ਸੀਗੇ ਜਦੋਂ ਜੱਜ ਸਾਹਿਬਾਨ ਦੇ ਮੂਹਰੇ ਜਿਹੜਾ ਸਾਰਾ ਕੇਸ ਗਿਆ ਤਾਂ ਪੁਲਿਸ ਜਿਹੜੀ ਆ ਜਿੰਨੀਆਂ ਗੱਲਾਂ ਫੈਂਟਰ ਮਾਰਿਓ ਸੀ ਸਾਰੇ ਕੁਛ ਵੀ ਸਾਬਤ ਨਹੀਂ ਕਰ ਸਕੀ ਜਿਹੜੇ ਪੈਸੇ ਜਿਹੜੇ ਸੀਗੇ ਉੱਥੋਂ ਆਏ ਉਹ ਪੈਸੇ ਕਿਸੇ ਗੁਰਦੁਆਰਾ ਸਾਹਿਬ ਦੀ ਰਿਪੇਅਰ ਦੇ ਉੱਤੇ ਲੱਗੇ ਕਿਸੇ ਹੋਰ ਕੰਮਾਂ ਦੇ ਉੱਤੇ ਲੱਗੇ ਉਹਨਾਂ ਨੂੰ ਦਿਖਾਇਆ ਇਹ ਗਿਆ ਸੀਗਾ ਕਿ ਜੀ ਇਹ ਖਾੜਕੂਆਂ ਦੀ ਮਦਦ ਲਈ ਇਕੱਠੇ ਕੀਤੇ ਗਏ ਆ ਭੇਜੇ ਗਏ ਆ ਪਰ ਕੋਰਟ ਦੇ ਵਿੱਚ ਕੋਈ ਵੀ ਸਬੂਤ ਨਹੀਂ ਪੇਸ਼ ਕੀਤਾ ਜਾ ਸਕਿਆ ਸੋ ਉਹ ਕੇਸ ਜਿਹੜਾ ਕਿ UAPA ਦੇ ਅਧੀਨ ਬਣਾਇਆ ਗਿਆ ਸੀਗਾ ਸਭ ਤੋਂ ਖਤਰਨਾਕ ਇਸ ਵੇਲੇ ਕੇਸ ਭਾਰਤ ਵਿੱਚ ਉਹੀ ਆ ਠੀਕ ਉਹਦੇ ਅੰਡਰ ਕੇਸ ਪਾਏ ਗਏ ਸੀਗੇ ਅਤੇ ਉਹ ਕੇਸ ਜਿਹੜਾ ਜੀ ਉਹ ਟੁੱਟ ਗਿਆ ਕਿਉਂਕਿ ਪੁਲਿਸ ਨੇ ਜਿਹੜੀ ਕਹਾਣੀ ਘੜੀ ਸੀਗੀ ਉਹ ਸਾਬਤ ਨਹੀਂ ਕਰ ਸਕੀ ਅਤੇ ਉਹ ਬਰੀ ਹੋ ਗਏ ਆ ਹੁਣ ਜਿਹੜੀ ਗੱਲ ਜਿਹੜੀ
ਪਰ ਜਿਹੜਾ ਹੁਣ ਇਸ ਡੋਜ਼ੀਅਰ ਦੇ ਆਧਾਰ ਦੇ ਉੱਤੇ ਕੈਨੇਡੀਅਨ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੈਪਟਨ ਅਮਰਿੰਦਰ ਸਿੰਘ ਨੇ ਘੜੀ ਸੀਗੀ, ਉਹਦੀ ਜਵਾਬਦੇਹੀ ਕੈਨੇਡੀਅਨ ਆਗੂਆਂ ਨੂੰ ਜ਼ਰੂਰ ਕਰਨੀ ਚਾਹੀਦੀ ਆ, ਚਾਹੇ ਉਹ ਟਰੂਡੋ ਹੋਣੀ ਆ, ਚਾਹੇ ਉਹ ਅਰਜੀਤ ਸਿੰਘ ਸੱਜਣ ਹੋਣੀ ਆ, ਜਾਂ ਬਾਕੀ ਐਮ ਪੀ ਸਾਡੇ ਪੰਜਾਬੀ ਹੈਗੇ ਆ, ਵੀ ਤੁਸੀਂ ਉਹਨੂੰ ਐਡੀ ਗੱਲ ਬਣਾਈ ਸੀ, ਖੰਭਾਂ ਦੀ ਡਾਰ ਬਣਾਈ ਸੀ, ਹੁਣ ਦੱਸੋ ਵੀ ਇਹ ਕੇਸ 'ਚੋਂ ਨਿਕਲਿਆ ਕੀ ਆ, ਤੁਸੀਂ ਕਿਉਂ ਕੈਨੇਡੀਅਨ ਸਿੱਖਾਂ ਨੂੰ ਬਦਨਾਮ ਕੀਤਾ? ਉਦੋਂ ਸਾਰੇ ਭਾਰਤੀ ਮੀਡੀਆ ਨੇ ਇਸ ਖਬਰ ਦੇ ਆਧਾਰ ਦੇ ਉੱਤੇ ਕੋਲੋਂ ਹੋਰ ਖਬਰਾਂ ਵਧਾ ਚੜ੍ਹਾ ਕੇ ਲਾ ਕੇ ਗੱਲਬਾਤ ਕੀਤੀ ਸੀਗੀ। ਦੂਜੀ ਗੱਲ ਜਿਹੜੀ ਕੈਨੇਡੀਅਨ ਆਗੂਆਂ ਨੂੰ ਸੋਚਣ ਵਾਲੀ ਆ, ਵੀ ਇਹ ਨਹੀਂ ਵੀ ਜੇ ਭਾਰਤ ਨੇ ਤੁਹਾਨੂੰ ਕੋਈ ਚੀਜ਼ ਦੇ ਦਿੱਤੀ ਆ, ਤੁਸੀਂ ਉੱਤੇ ਅੱਖਾਂ ਬੰਦ ਕਰਕੇ ਯਕੀਨ ਕਰਕੇ ਇੱਥੇ ਵੱਸਦੇ ਸਿੱਖਾਂ ਦੀ ਪੁੱਛਗਿੱਛ ਸ਼ੁਰੂ ਕਰ ਦਿਓ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਕਰੋ। ਇਹ ਦੂਜੀ ਤੀਜੀ ਵਾਰ ਅਜਿਹਾ ਹੋ ਚੁੱਕਿਆ ਆ। ਹੁੰਦਾ ਕੀ ਹੈ ਕਿ ਉੱਥੇ ਕਹਾਣੀ ਘੜੀ ਜਾਂਦੀ ਆ, ਕਹਾਣੀ ਦੇ ਆਧਾਰ ਦੇ ਉੱਤੇ ਘੜ ਕੇ ਜਿਹੜੀ ਆ ਉਹ ਸਬੂਤ ਬਿਨਾਂ ਸਬੂਤਾਂ ਤੋਂ ਇਹਨਾਂ ਨੂੰ ਦੇ ਦਿੱਤੀ ਜਾਂਦੀ ਆ। ਅਤੇ ਸਬੂਤ ਸਭ ਤੋਂ ਵੱਡੇ ਕੀ ਹੁੰਦੇ ਜੀ? ਅਖਬਾਰਾਂ 'ਚ ਖਬਰਾਂ ਛਪੀਆਂ ਆ, ਅਤੇ ਅਖਬਾਰਾਂ ਦੇ ਵਿੱਚ ਖਬਰਾਂ ਕੌਣ ਛਪਾਉਂਦਾ ਆ? ਉਹ ਕਿਸੇ ਪੱਤਰਕਾਰ ਦੇ ਹਵਾਲੇ ਨਾਲ ਨਹੀਂ ਹੁੰਦੀ ਖਬਰ, ਬਹੁਤੀ ਕਰਕੇ ਏਜੰਸੀਆਂ ਜਿਹੜੀਆਂ ਹੁੰਦੀਆਂ ਨਿਊਜ਼ ਏਜੰਸੀਆਂ ਉਹਨਾਂ ਦੇ ਹਵਾਲੇ ਨਾਲ ਖਬਰਾਂ ਛਪੀਆਂ ਹੁੰਦੀਆਂ। ਸੋ ਮਨਘੜਤ ਖਬਰਾਂ ਦੇ ਆਧਾਰ 'ਤੇ ਮਨਘੜਤ ਕਹਾਣੀਆਂ ਬਣਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਵਾਸਤੇ ਕੋਸ਼ਿਸ਼ਾਂ ਰਚੀਆਂ ਜਾ ਰਹੀਆਂ, ਜਿਹ 'ਚ ਕੈਪਟਨ ਅਮਰਿੰਦਰ ਸਿੰਘ ਵਰਗੇ ਮੋਹਰੇ ਬਣਾ ਕੇ ਵਰਤੇ ਜਾਂਦੇ ਆ। ਅਤੇ ਆਹ 3 ਸਾਲ ਵਿੱਚੋਂ ਇੱਦਾਂ ਕੱਢ ਗਏ ਜੀ ਇਹ ਇਸ ਗੱਲ ਦੇ ਵਿੱਚ ਹੀ, ਅਤੇ ਹੁਣ ਕੇਸ ਵਿੱਚੋਂ ਨਿਕਲਿਆ ਕੁਛ ਵੀ ਨਹੀਂ। ਅਮਰੀਕਾ ਤੋਂ ਕੀ ਖਬਰਾਂ ਆ ਰਹੀਆਂ ਜੀ? ਅਮਰੀਕਾ ਦੇ ਵਿੱਚੋਂ ਜੀ ਇੱਕ ਤਾਂ ਚੰਗੀ ਖਬਰ ਆ ਰਹੀ ਹੈ ਇਹ ਵੀ ਮੋਡਰਨਾ ਜਿਹੜੀ ਕੰਪਨੀ ਆ ਉਹਨਾਂ ਦੀ, ਉਹਨਾਂ ਨੇ ਦਵਾਈ ਜਿਹੜੀ ਕਹਿੰਦੇ ਅਸੀਂ ਬਣਾ ਲਈ ਆ ਕਰੋਨਾ ਦੀ ਵੈਕਸੀਨ, ਅਤੇ 95% ਅਸਰਦਾਰ ਆ। ਜਿਹੜੀ ਫਾਈਜ਼ਰ ਨੇ ਦਵਾਈ ਬਣਾਈ ਸੀ, ਵੈਕਸੀਨ ਬਣਾਈ ਸੀ, ਉਹ ਕਹਿੰਦੇ ਸੀਗੇ ਵੀ ਸਾਡੀ 90% ਅਸਰਦਾਰ ਹੈ, ਜਿਹੜੀ ਕਿ ਬਹੁਤ ਹੁੰਦੀ ਆ। ਸੋ ਇਹ 95% ਅਸਰਦਾਰ ਆ, ਅਤੇ ਇਹਦੇ ਨਾਲ ਕੀ ਹੋਣਾ ਕਿ ਇੱਕ ਤਾਂ ਇੱਕ ਇਕੱਲਾ ਹੁੰਦਾ, ਇੱਕ ਤਾਂ ਇੱਕ 11 ਹੋ ਜਾਂਦੇ ਆ ਜੀ। ਜੀ ਹੁਣ ਉਹਦੇ ਨਾਲ ਕੀ ਹੋਣਾ ਕਿ ਪ੍ਰੋਡਕਸ਼ਨ ਜਿਹੜੀ ਹੈ ਵਧੂਗੀ। ਸੋ ਪਹਿਲਾਂ ਤਾਂ ਪਹਿਲ ਤਾਂ ਅਮਰੀਕਨ ਲੋਕਾਂ ਨੂੰ ਮਿਲਣੀ ਆ, ਅਮਰੀਕਾ ਦੇ ਮੌਤਾਂ ਵੀ ਬਹੁਤ ਹੋਈਆਂ, ਹੁਣ ਵੀ ਹੋ ਰਹੀਆਂ ਆ। ਸੋ ਉਹਦੇ ਨਾਲ ਆ ਕਿ ਤੇਜ਼ੀ ਆਊਗੀ ਜਿਹੜੀ ਪ੍ਰੋਡਕਸ਼ਨ ਦੇ ਵਿੱਚ, ਟੀਕਾ ਜਿਹੜਾ ਛੇਤੀ ਪਹੁੰਚ ਜਾਊਗਾ। ਕੈਨੇਡਾ ਨੇ ਵੀ ਇਹਨਾਂ ਕੰਪਨੀਆਂ ਦੇ ਨਾਲ ਜਿਹੜੇ ਆ ਜੀ ਉਹ ਇਕਰਾਰਨਾਮੇ ਕੀਤੇ ਹੋਏ ਆ, ਇੱਥੇ ਵੀ ਆਊਗਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ 6 ਮਹੀਨਿਆਂ ਦੇ ਵਿੱਚ ਟੀਕਾ ਆਊਗਾ, ਹੋ ਸਕਦਾ ਉਹ ਹੁਣ 3 ਜਾਂ 4 ਮਹੀਨਿਆਂ ਦੇ ਵਿੱਚ ਆ ਜਾਵੇ ਜੀ। ਅਤੇ ਇਹ ਚੰਗੀ ਗੱਲ ਆ, ਪੂਰੀ ਦੁਨੀਆ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਵਧੂਗੀ। ਬਹੁਤ ਸਾਰੀਆਂ ਕੰਪਨੀਆਂ ਇਹਨਾਂ ਨੇ ਵੀ ਸ਼ਾਇਦ ਹੋਰ ਮੁਲਕਾਂ ਦੇ ਵਿੱਚ, ਬ੍ਰਾਜ਼ੀਲ ਦੇ ਵਿੱਚ, ਚਾਈਨਾ ਦੇ ਵਿੱਚ, ਇੰਡੀਆ ਦੇ ਵਿੱਚ ਜਿਹੜੇ ਖਾਲੀ ਵੈਕਸੀਨ ਤਿਆਰ ਕਰਕੇ ਰੱਖੇ, ਉਹ ਵਿੱਚ ਫਾਰਮੂਲੇ ਪਾਉਣਾ ਆ। ਸੋ ਇਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਪ੍ਰੋਡਕਸ਼ਨ ਫਿਰ ਹੁਣ ਪਹੁੰਚਣੀ ਸ਼ੁਰੂ ਹੋ ਜਾਊਗੀ। ਅਤੇ ਕਰੋਨਾ ਵੈਕਸੀਨ ਜਿਹਨਾਂ ਨੇ ਕਹਿ ਲਓ ਵੀ ਤੁਸੀਂ ਕਹਿੰਦੇ ਸੀਗੇ ਵੀ ਸੰਘ ਸਿਕਾਏ ਪਏ ਆ, ਬਿਲਕੁਲ ਉਹ ਤੋਂ ਜਿਹੜਾ ਜੀ ਆਰਾਮ ਆ ਜਾਊਗਾ। ਅਤੇ ਦੂਜੀ ਗੱਲ ਹੈਗੀ ਆ ਕਿ ਟੈਕਸਸ ਦੇ ਵਿੱਚ ਇਸ ਵੇਲੇ ਝੰਡੀ ਆ ਜੀ ਕਰੋਨਾ ਦੀ ਜੀ। ਪਹਿਲਾਂ ਨਿਊਯਾਰਕ ਦੇ ਵਿੱਚ ਤੁਹਾਨੂੰ ਯਾਦ ਹੋਣਾ ਕੇਸ ਕਿਵੇਂ ਵਧੇ ਸੀ, ਮੌਤਾਂ ਬਹੁਤ ਹੋਈਆਂ ਉੱਤੇ, ਕੈਲੀਫੋਰਨੀਆ ਨੰਬਰ 1 'ਤੇ ਰਿਹਾ, ਬਿਲਕੁਲ ਕੈਲੀਫੋਰਨੀਆ ਨੰਬਰ 2 'ਤੇ ਚਲਾ ਗਿਆ, ਟੈਕਸਸ ਨੰਬਰ 1 'ਤੇ ਚਲਾ ਗਿਆ ਜੀ। ਉਹਦਾ ਵੱਡਾ ਕਾਰਨ ਜਿਹੜੀਆਂ ਉੱਥੇ ਰੈਲੀਆਂ ਹੋਈਆਂ ਦੱਸਦੇ ਆ, ਚੋਣਾਂ ਦੇ ਸਮੇਂ 'ਚ ਰੈਲੀਆਂ ਬਹੁਤ ਹੋਈਆਂ, ਲੋਕਾਂ ਨੇ ਪਰਵਾਹ ਨਹੀਂ ਕੀਤੀ, ਲੋਕ ਵੀ ਟੈਕਸਸ ਦੇ ਬਹੁਤੇ ਇਹੀ ਕਹਿੰਦੇ ਸੀਗੇ ਕਿ ਸਾਨੂੰ ਇਹ ਕਰੋਨਾ ਦਾ ਫਵਾਹ ਚਾਪਦਾ, ਇਹਦੇ ਵਿੱਚ ਕੋਈ ਦਮ ਹੈ ਨਹੀਂ ਗਾ। ਸੋ ਹੁਣ ਉੱਥੇ ਜਿਹੜੀਆਂ ਜੀ ਕਾਫੀ ਲਾਈਨਾਂ ਲੱਗੀਆਂ ਹੋਈਆਂ ਆ, ਅਤੇ ਵੱਡੀ ਗਿਣਤੀ ਦੇ ਵਿੱਚ ਕੇਸ ਜਿਹੜੇ ਉੱਥੇ ਲੱਭੇ ਹੈਗੇ ਆ। ਅਤੇ ਇਸ ਦੇ ਨਾਲ ਹੀ ਵੀਕਐਂਡ ਦੇ ਉੱਤੇ ਇੱਕ ਟਰੰਪ ਸਪੋਰਟਰਸ ਵੱਲੋਂ ਮੈਗਾ ਮਿਲੀਅਨ ਰੈਲੀ ਰੱਖੀ ਗਈ ਸੀਗੀ ਅਮਰੀਕਾ, ਉੱਥੇ ਵਾਸ਼ਿੰਗਟਨ ਦੇ ਵਿੱਚ। ਉੱਥੇ ਦੋਵੇਂ ਧਿਰਾਂ ਜਿਹੜੀਆਂ ਭਿੜੀਆਂ ਆਪਸ ਦੇ ਵਿੱਚ, ਅਤੇ ਦੋਵਾਂ ਧਿਰਾਂ ਦਾ ਨੁਕਸਾਨ ਵੀ ਹੋਇਆ, ਸੱਟਾਂ ਵੀ ਲੱਗੀਆਂ ਆ ਜੀ। ਅਤੇ ਉਸ ਟਕਰਾਅ ਦੇ ਵਿੱਚ ਆਲੇ ਦੁਆਲੇ ਜਿਹੜੀਆਂ ਦੁਕਾਨਾਂ ਵਗੈਰਾ ਸੀਗੀਆਂ, ਬਾਜ਼ਾਰ ਸੀਗਾ, ਉਹਦੀ ਭੰਨ ਤੋੜ ਵੀ ਹੋਈ ਹੈ ਜੀ। ਭਾਰਤ ਦੇ ਵਿੱਚ ਕਿਸੇ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜੀ, ਕਿੱਥੇ ਦਾ ਮਾਮਲਾ ਹੈ ਅਤੇ ਕੀ ਮਾਮਲਾ? ਭਾਰਤ ਵਿੱਚ ਅੱਜ ਜਿਹੜਾ ਜੀ ਕੌਮੀ ਪ੍ਰੈਸ ਡੇ ਮਨਾਇਆ ਜਾ ਰਿਹਾ ਆ। ਅੱਛਾ ਜੀ। ਅਤੇ ਉਹ ਦਿਨ ਇਸ ਜਿਹੜਾ ਕਸ਼ਮੀਰੀ ਪੱਤਰਕਾਰ ਹੈਗਾ ਆ ਉਹਦੀ ਜਿਹੜੀ ਆਸਿਫ ਸੁਲਤਾਨ ਦੀ ਗੱਲ ਕੀਤੀ ਜਾ ਰਹੀ ਹੈ। ਕਸ਼ਮੀਰ ਨਰੇਟਰ ਨਾਂ ਦਾ ਇੱਕ ਰਸਾਲਾ ਜਿਹੜਾ ਜੀ ਉਹ ਚਲਾਉਂਦੇ ਸੀਗੇ। ਅੱਛਾ ਜੀ। ਅਤੇ ਉਹਨਾਂ ਦੇ ਉੱਤੇ ਕੇਸ ਪਾਇਆ ਹੋਇਆ ਜੀ ਬਿਨਾਂ ਸਬੂਤਾਂ, ਜਿਵੇਂ ਮੈਂ ਕਹਿ ਰਿਹਾ ਹਾਂ। ਹਾਲਾਂਕਿ ਉਹਨਾਂ ਨੂੰ ਅਮਰੀਕਨ ਇੱਕ ਪ੍ਰੈਸ ਕਲੱਬ ਵੱਲੋਂ ਵਕਾਰੀ ਸਨਮਾਨ ਵੀ ਦਿੱਤਾ ਗਿਆ ਸੀਗਾ ਜੀ। ਅਤੇ ਹੁਣ ਦੋਹਰੇ ਮਾਪਦੰਡਾਂ ਦੀ ਗੱਲ ਜਿਹੜੀ ਉੱਥੇ ਚੱਲ ਰਹੀ ਹੈ ਜੀ। ਇੱਕ ਪਾਸੇ ਅਰਨਬ ਗੋਸਵਾਮੀ ਜਿਹੜਾ ਆ ਸਰਕਾਰ ਦਾ ਚਹੇਤਾ ਗੋਦੀ ਮੀਡੀਆ, ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਆ, ਗੰਭੀਰ ਕੇਸ ਦੋਸ਼ ਉਹਦੇ 'ਤੇ ਵੀ ਹੈਗੇ ਆ, ਪਰ ਰਾਤੋ ਰਾਤ ਜਿਹੜੀ ਉਹਦੀ ਜ਼ਮਾਨਤ ਹੋ ਜਾਂਦੀ ਆ। ਦੂਜੇ ਪਾਸੇ ਆਸਿਫ ਸੁਲਤਾਨ ਵਰਗੇ ਪੱਤਰਕਾਰ ਹੈਗੇ ਆ ਜਿਨ੍ਹਾਂ ਨੂੰ 2 ਸਾਲ ਹੋ ਗਏ ਅੰਦਰ ਬੰਦ ਕੀਤਿਆਂ ਨੂੰ, ਨਾ ਜ਼ਮਾਨਤ ਹੋਈ ਆ, ਨਾ ਹਜੇ ਕੇਸ ਦੀ ਸੁਣਵਾਈ ਸ਼ੁਰੂ ਹੋਈ ਆ। ਅਤੇ ਕੇਸ ਦੀ ਸੁਣਵਾਈ ਸ਼ੁਰੂ ਹੋਊਗੀ, ਜੱਜ ਕੇਸ ਸੁਣੂਗਾ, ਫਿਰ ਇਹ ਜ਼ਮਾਨਤ ਦਊਗਾ ਜਾਂ ਅਗਾਂਹ ਦੀ ਕਾਰਵਾਈ ਕਰੂਗਾ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਉੱਥੇ ਹੋ ਰਹੀਆਂ, ਦੋਹਰੇ ਮਾਪਦੰਡ ਪੱਤਰਕਾਰਾਂ ਦੇ ਨਾਲ ਵੀ ਅਪਣਾਏ ਜਾ ਰਹੇ ਆ। ਅਤੇ ਅੱਜ ਕੌਮੀ ਪ੍ਰੈਸ ਡੇ ਕਰਕੇ ਉਹਦੀ ਗੱਲ ਜਿਹੜੀ ਆ ਜ਼ਿਆਦਾ ਹੋ ਰਹੀ ਹੈ। ਪੰਜਾਬ 'ਚ ਕਿਸਾਨਾਂ ਵਾਲੇ ਮਾਮਲੇ ਦਾ ਕੀ ਬਣਿਆ ਜੀ? ਕੋਈ ਗੱਲ ਬਣੀ ਕਿਸੇ ਪਾਸੇ? ਕਿਸਾਨ ਜਥੇਬੰਦੀਆਂ ਜੀ ਆਪਸ ਵਿੱਚ ਸਲਾਹ ਭਲਾ ਕਰ ਰਹੀਆਂ ਆ। ਅੱਛਾ। ਵੀ ਕਿੱਧਰ ਨੂੰ ਜਿਹੜੀ ਗੱਲ ਚਲਾਈ ਜਾਵੇ, ਜਿਹੜਾ ਦਿੱਲੀ ਕੂਚ ਦਾ ਪ੍ਰੋਗਰਾਮ ਹੈਗਾ 26-27 ਨਵੰਬਰ ਦਾ, ਉਹਦੇ ਵਾਸਤੇ ਤਿਆਰੀਆਂ ਜਿਹੜੀਆਂ ਜ਼ਿਆਦਾ ਹੋ ਰਹੀਆਂ ਆ। ਸੋ ਕਿਸਾਨ ਜਥੇਬੰਦੀਆਂ ਗੱਲਬਾਤ ਵੀ ਕਰਕੇ ਆ,
ਜਿਹੜੇ ਗਾਂਹ ਪ੍ਰੋਗਰਾਮ ਆ ਉਹ ਚਲਾਏ ਹੋਏ ਆ। ਕੁਛ ਇਹ ਵੀ ਕਿਸਾਨ ਕਹਿ ਰਿਹਾ ਕਿ ਅਸੀਂ ਕਣਕ ਦੀ ਬਿਜਾਈ ਦੇ ਵਿੱਚ ਬਿਜ਼ੀ ਹੋਏ ਹਾਂ ਥੋੜ੍ਹਾ ਚਿਰ, ਹੁਣ 15 ਦਿਨ ਲਾ ਲਈਏ, ਉਦੋਂ ਬਾਅਦ ਫਿਰ ਵਿਹਲੇ ਹੋ ਜਾਣਾ, ਜਦੋਂ ਹੁਣ ਕਣਕ ਬੀਜ ਲਈ ਉਦੋਂ ਬਾਅਦ ਤਾਂ ਬਿਲਕੁਲ ਹੀ ਵਿਹਲੇ ਹਾਂ, ਅਤੇ ਫਿਰ ਜਿਹੜਾ ਮੋਰਚਾ ਹੋਰ ਭਖਾਵਾਂਗੇ। ਸੋ ਹਾਲ ਦੀ ਘੜੀ ਕਿਤੇ ਨਾ ਕਿਤੇ ਲੱਗਦਾ ਆ ਕਿ ਮੋਰਚਾ ਕੁਛ ਢਿੱਲਾ ਪਿਆ ਆ, ਪਰ ਜਿਵੇਂ ਕਿ ਕਿਸਾਨ ਕਹਿ ਰਿਹਾ ਕਿ ਕਣਕ ਦੀ ਬਿਜਾਈ ਤੋਂ ਬਾਅਦ ਇਹ ਫਿਰ ਜ਼ੋਰ ਫੜੂਗਾ, ਸੋ ਦੇਖਣੀ ਗੱਲ ਬਣਦੀ ਆ। ਅਤੇ ਜਿਹੜਾ 26-27 ਨੂੰ ਦਿੱਲੀ ਕੂਚ ਵਾਲਾ ਪ੍ਰੋਗਰਾਮ, ਉਹਦੇ ਵਾਸਤੇ ਪੰਜਾਬ ਪੱਧਰ 'ਤੇ ਤਿਆਰੀਆਂ ਹੋ ਰਹੀਆਂ ਆ। ਅੱਡ ਜਥੇ ਜਿਹੜੇ ਅੱਡ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਜਾਣਗੇ, ਪਰ ਜਿਵੇਂ ਕਿ ਬਾਕੀਆਂ ਨੂੰ ਵੀ ਨਾਲ ਤੁਰਨਾ ਚਾਹੀਦਾ, ਉਹ ਨਹੀਂ ਬਹੁਤਾ ਤੁਰ ਰਹੇ, ਸਿਰਫ ਕਿਸਾਨ ਮਜ਼ਦੂਰ ਜਿਹੜੇ ਆ ਉਹੀ ਡਟੇ ਹੋਏ ਆ। ਅਤੇ ਫਿਰ ਜੇ ਹੁਣ ਮੋਰਚੇ ਤੁਰਦੇ ਆ, ਜਥੇ ਤੁਰਦੇ ਆ, ਉਹਨਾਂ ਦੇ ਰਾਸ਼ਨ ਪਾਣੀ ਦਾ ਵੀ ਪ੍ਰਬੰਧ ਕਰਨਾ ਪੈਣਾ, ਉਹਦੇ ਵਾਸਤੇ ਹੁਣ ਜਿਹੜੇ ਅਗਲੇ 2 ਹਫ਼ਤੇ ਆ ਕਿਸਾਨ ਜਥੇਬੰਦੀਆਂ ਜੁਟੀਆਂ ਹੋਈਆਂ ਜੀ। ਇਹ ਹੈ ਇਕੱਠੇ ਆ ਜੀ, ਜਿਹੜੀਆਂ 30-31 ਜਥੇਬੰਦੀਆਂ ਸੀਗੀਆਂ, ਅਤੇ ਇੱਕ ਜਿਹੜਾ ਉਹ ਐਕਟਰ ਸੀਗਾ ਫਿਲਮਾਂ ਵਾਲਾ ਦੀਪ ਸਿੱਧੂ ਸ਼ੰਭੂ ਮੋਰਚੇ 'ਤੇ, ਇਹ ਹੈ ਸਾਰੇ ਇਕੱਠੇ ਜੀ ਹਜੇ? ਨਹੀਂ ਜੇ ਇਕੱਠੇ ਹੁੰਦੇ ਫਿਰ ਤਾਂ 30 ਅੱਡ ਕੇ ਹੁੰਦੇ ਹੈ ਨਾ, ਜਦੋਂ ਅੱਡ ਅੱਡ ਝੰਡੇ ਦੇ ਉੱਤੇ ਜਿੱਦਾਂ ਰਲ ਗਏ ਫਿਰ ਤਾਂ ਇਕੱਠੇ ਹੈ ਨਹੀਂ, ਤਾਂ ਹੀ ਮਤਲਬ ਕਿਸੇ ਕਾਮਨ ਮਿਨੀਮਮ ਪ੍ਰੋਗਰਾਮ 'ਤੇ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਕੱਠੇ ਹੋ ਜਾਂਦੇ ਆ ਮੀਟਿੰਗ ਵਗੈਰਾ ਕਰਨ ਨੂੰ, ਉਦੋਂ ਬਾਅਦ ਆ ਕੇ ਵੀ ਆਪਣੀ ਅੱਡ ਅੱਡ ਤੂਤੀ ਜਿਹੜੀ ਆ ਵਜਾਉਂਦੇ ਆ। ਜਿਹੜਾ ਸ਼ੰਭੂ ਮੋਰਚਾ ਨੇ ਜੋ ਨਿਵੇਕਲਾ ਜੀ, ਉਹ ਖੁਦ ਮੁਖਤਿਆਰੀ ਦੀ ਗੱਲ ਵੱਲ ਨੂੰ ਵਧੇ ਆ। ਅੱਛਾ ਜੀ, ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਆ ਇਹ ਕਿਤੇ ਨਾ ਕਿਤੇ ਖੇਤੀ ਆਰਡੀਨੈਂਸ ਬਿੱਲਾਂ ਦੀ ਗੱਲੇ ਕਰ ਰਹੀਆਂ ਆ। ਇਹਨਾਂ ਦੇ ਮਤਲਬ ਇਹ ਆ ਵੀ ਜੇ ਖੇਤੀ ਆਰਡੀਨੈਂਸ ਬਿੱਲ ਜਿਹੜੇ ਆ ਲੈ ਲਵੇ ਕਿਤੇ ਸਰਕਾਰ ਵਾਪਸ, ਜਾਂ ਅਮੈਂਡ ਕਰ ਦਊਗੀ ਉਹਨਾਂ ਨੂੰ, ਇਹਨਾਂ ਦਾ ਮਸਲਾ ਜਿਹੜਾ ਉੱਥੇ ਤੱਕ ਹੱਲ ਹੋ ਜਾਂਦਾ। ਬੜੀ ਉਹ ਸ਼ੰਭੂ ਮੋਰਚਾ ਆ ਉਹ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਆ, ਇਹ ਤਾਂ ਇੱਕ ਗੱਲ ਆ। ਇਹ ਪੰਜਾਬ ਦੀ ਜਿਹੜੀ ਪਾਣੀ ਦੀ ਗੱਲ ਆ ਜਾਂ ਪੰਜਾਬ ਦੀ ਬਰਬਾਦੀ ਦੀ ਗੱਲ ਆ, ਅਤੇ ਨਾਲ ਹੁਣ ਜਿਹੜੇ ਬਿੱਲ ਰਲ ਗਏ ਆ, ਇਹ ਵੱਡਾ ਮਸਲਾ ਆ। ਇਹਦੇ ਵਾਸਤੇ ਪੰਜਾਬ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ, ਉਹਦੇ ਬਿਨਾਂ ਪੰਜਾਬ ਦਾ ਗੁਜ਼ਾਰਾ ਨਹੀਂ ਜੀ ਹੋਣਾ। ਸੋ ਇਹ ਬੇਸਿਕਲੀ ਡਿਫਰੈਂਸ ਹੈਗਾ ਇਹਨਾਂ ਜਥੇਬੰਦੀਆਂ ਦੇ ਸੰਘਰਸ਼ ਨਾਲੋਂ, ਅਤੇ ਜਿਹੜਾ ਦੀਪ ਸਿੱਧੂ ਹੁਣੀ ਸੰਘਰਸ਼ ਲਾ ਰਹੇ ਆ ਉਹਦੇ ਵਿੱਚ ਜੀ। ਅਤੇ ਬਾਕੀ ਹੁਣ ਆਉਣ ਵਾਲੇ ਦਿਨ ਦੱਸਣਗੇ ਵੀ ਕਿਹਦੇ ਮਗਰ ਲੋਕ ਜਿਹੜੇ ਆ ਜ਼ਿਆਦਾ ਖੜ੍ਹਦੇ ਆ। ਅਤੇ ਬਾਕੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਜੀ, ਉਹਨਾਂ ਨੇ ਵੀ ਇਹੀ ਸੰਦੇਸ਼ ਦਿੱਤਾ ਆ ਵੀ ਜਿਹੜੀ ਇਹ ਪੰਜਾਬ ਦੇ ਸਿੱਖ ਆ ਉਹਨੂੰ ਚੈਲੰਜ ਵਜੋਂ ਲੈਣ ਅਤੇ ਕਿਸਾਨੀ ਦੇ ਨਾਲ ਖੜ੍ਹਨ। ਹੁਣ ਸਾਰੇ ਪੰਜਾਬ ਦੇ ਸਿੱਖ ਜਿਹੜੇ ਆ ਜੀ ਉਹ ਕਿਸਾਨ ਨਹੀਂ ਹੈਗੇ ਜੀ, ਹੋਰ ਕੰਮ ਬਹੁਤ ਕਰਦੇ ਆ, ਅਤੇ ਉਹਨਾਂ ਨੇ ਸਾਰਿਆਂ ਸਿੱਖਾਂ ਨੂੰ ਕਿਹਾ ਕਿ ਤੁਸੀਂ ਕਿਸਾਨੀ ਦੇ ਨਾਲ ਜਿਹੜਾ ਖੜ੍ਹੋ, ਵੀ ਇਹ ਹੁਣ ਪੰਜਾਬ ਦੀ ਹੋਂਦ ਦਾ ਜਿਹੜਾ ਸਵਾਲ ਆ, ਸਾਥ ਦਿਓ ਡਟ ਕੇ। ਲੁਧਿਆਣੇ ਦੇ ਵਿੱਚ ਜਿਹੜੇ MLA ਬੈਂਸ ਹੋਰੀ ਨੇ, ਕਾਫੀ ਉਹਨਾਂ ਦੀ ਚਰਚਾ ਰਹਿੰਦੀ ਵੱਖ ਵੱਖ ਕੰਮਾਂ ਕਰਕੇ, ਕਿਸੇ ਨੇ ਉਹਨਾਂ ਦੇ ਉੱਤੇ ਗੰਭੀਰ ਦੋਸ਼ ਲਾਇਆ, ਕੀ ਮਾਮਲਾ ਜੀ? ਸਿਮਰਜੀਤ ਸਿੰਘ ਬੈਂਸ ਦੇ ਉੱਤੇ ਜੀ ਇੱਕ ਪਰਚਾ ਦਰਜ ਹੋਣ ਦੀ ਜਿਹੜੀ ਖਬਰ ਆ ਉਹ ਸਵੇਰ ਤੋਂ ਚਰਚਾ ਵਿੱਚ ਆ। ਅੱਛਾ ਜੀ, ਇੱਕ ਪਰਚੇ ਦੀ ਜਿਹੜੀ ਆ ਕਾਪੀ ਅਤੇ ਇੱਕ ਹੱਥ ਲਿਖਤ ਬਿਆਨ ਇੱਕ ਔਰਤ ਦੇ ਜਿਹੜੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦਿੱਤੇ ਗਏ ਆ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਆ। ਹਾਲੇ ਖੁਦ ਸਿਮਰਜੀਤ ਸਿੰਘ ਬੈਂਸ ਹੋਣੀ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਇਹ ਕਿਹਾ ਜਾ ਰਿਹਾ ਕਿ ਉਸ ਔਰਤ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਆ, ਉਹਨੇ ਕਿਹਾ ਕਿ ਮੇਰਾ ਘਰ ਮੈਂ ਲਿਆ ਸੀਗਾ ਲੁਧਿਆਣੇ, ਉਹ ਘਰ ਜਿਹੜਾ ਆ ਉਹਦੇ ਵਿੱਚ ਜਿਹੜੇ 15-16 ਲੱਖ ਰੁਪਈਆ ਮੈਂ ਕੋਲੋਂ ਪਾਇਆ ਸੀਗਾ, 10 ਕੁ ਲੱਖ ਕਰਜ਼ਾ ਦਿੱਤਾ ਸੀਗਾ ਲਿਆ ਸੀਗਾ, ਅਤੇ ਘਰ ਲੈਣ ਤੋਂ ਕੁਝ ਮਹੀਨੇ ਬਾਅਦ ਉਹਨਾਂ ਦੇ ਪਤੀ ਦੀ ਜਿਹੜੀ ਆ ਮੌਤ ਹੋ ਗਈ ਕਿਸੇ ਬਿਮਾਰੀ ਕਾਰਨ, ਅਤੇ ਉਹਨਾਂ ਦੇ ਜਿਹੜਾ 10 ਲੱਖ ਦਾ ਕਰਜ਼ਾ ਸੀਗਾ ਉਹਦੀਆਂ ਕਿਸ਼ਤਾਂ ਟੁੱਟ ਗਈਆਂ। ਅਤੇ ਉਹਦੇ ਸੰਬੰਧ ਵਿੱਚ ਕਹਿੰਦੇ ਕਿ ਚੋਣ ਰੈਲੀ ਦੇ ਵਿੱਚ ਮੈਂ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਤਕਰੀਰ ਸੁਣੀ, ਮੈਨੂੰ ਲੱਗਾ ਵੀ ਇਹ ਹੈਲਪ ਕਰ ਸਕਦੇ ਆ, ਅਤੇ ਉਹਨਾਂ ਨੇ ਦੋਸ਼ ਉੱਤੇ ਇਹ ਲਾਇਆ ਵੀ ਇੱਕ ਤਾਂ ਇਹਨਾਂ ਨੇ ਮੇਰਾ ਘਰ ਜਿਹੜਾ ਵਿਕਾ ਦਿੱਤਾ, ਮੈਨੂੰ ਘਰ ਵਿਕਾ ਕੇ ਬੇਘਰ ਕਰ ਦਿੱਤਾ, ਮੈਨੂੰ ਪੈਸੇ ਨਹੀਂ ਮਿਲੇ। ਦੂਜਾ ਉਹਨਾਂ ਨੇ ਕਿਹਾ ਕਿ ਮੇਰੇ 'ਤੇ ਬਲਾਤਕਾਰ ਦੇ ਉਹਨਾਂ ਨੇ ਦੋਸ਼ ਲਾਏ ਆ ਕਿ ਮੇਰਾ ਬਲਾਤਕਾਰ ਕੀਤਾ ਗਿਆ। ਸੋ ਇਹ ਹੁਣ ਦੋਸ਼ ਜਿਹੜੇ ਆ ਲਾਏ ਆ, ਪਰਚਾ ਦਰਜ ਹੋ ਗਿਆ ਆ, ਪਰ ਹਜੇ ਬਹੁਤਿਆਂ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਇਸ ਗੱਲ ਦਾ, ਕਿਉਂਕਿ ਜਿਸ ਹਿਸਾਬ ਦਾ ਅਕਸ ਉਹਨਾਂ ਦਾ ਸਿਮਰਜੀਤ ਬੈਂਸ ਉਹਨਾਂ ਦਾ ਹੈਗਾ ਆ ਲੁਧਿਆਣੇ ਦੇ ਵਿੱਚ ਜਾਂ ਕਿੱਦਾਂ, ਵੀ ਹਾਲੇ ਕਈ ਲੋਕ ਇਸ ਹਿਸਾਬ ਦੇਖ ਰਹੇ ਆ ਵੀ ਇਹ ਦੋਸ਼ ਜਿਹੜੇ ਜੱਚਦੇ ਨਹੀਂ ਹੈਗੇ। ਅਤੇ ਹੁਣ ਜਿਵੇਂ ਬਿਆਨ ਦਰਜ ਹੋਣਗੇ, FIR ਦੀਆਂ ਕਾਪੀਆਂ ਬਾਹਰ ਆਉਣੀਆਂ, ਉਹ ਔਰ ਜਿਹੜੀ ਕਿ ਹਾਲੇ ਮੀਡੀਆ ਦੇ ਵਿੱਚ ਨਹੀਂ ਆਈ, ਸ਼ਾਇਦ ਕੋਈ ਹੋਰ ਗੱਲਾਂ ਬਾਹਰ ਲਿਆਊਗੀ ਸਿਮਰਜੀਤ ਸਿੰਘ ਬੈਂਸ ਉਹਨਾਂ ਦਾ ਪ੍ਰਤੀਕਰਮ ਹੋਗਾ, ਉਦੋਂ ਬਾਅਦ ਗੱਲ ਕੀਤੀ ਜਾ ਸਕਦੀ ਆ। ਪਰ ਇਹ ਦੋਸ਼ ਜ਼ਰੂਰ ਲਾਏ ਗਏ ਆ, ਪਰਚਾ ਦਰਜ ਹੋ ਗਿਆ ਆ, ਪਰ ਬਹੁਤਿਆਂ ਲੋਕਾਂ ਦੀ ਗੱਲ ਹਜੇ ਹਜ਼ਮ ਨਹੀਂ ਜੀ ਹੋ ਰਹੀ ਵੀ ਜੇ ਆ ਹੋ ਸਕਦਾ ਆ ਜੀ। ਗੁਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਧੰਨਵਾਦ ਜਸਕਰਨ ਜੀ, ਇੱਕ ਵਾਰ ਫਿਰ ਤੁਹਾਨੂੰ ਅਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਅਤੇ ਗੁਰਪ੍ਰੀਤ ਸਿੰਘ ਜੀ ਦਾ ਤਬਸਰਾ। ਅਲਵਿਦਾ ਦੋਸਤੋ।